ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸ੍ਰੀ ਵਾਹਿਗੁਰੂ ਜੀ ਸਾਰੰਗ ਮਹਿਲਾ ਪੰਜਵਾਂ। ਮਾਨੀ ਤੂੰ ਰਾਮ ਕੈ ਦਰ ਮਾਨੀ, ਸਾਧ ਸੰਗ ਮਿਲ ਹਰ ਗੁਣ ਗਾਏ, ਬਿਨਸੀ ਸਭ ਅਭਮਾਨੀ। ਮਾਨੀ ਤੂੰ ਰਾਮ ਕੈ ਦਰ ਮਾਨੀ, ਸਾਧ ਸੰਗ ਮਿਲ ਹਰ ਗੁਣ ਗਾਏ, ਬਿਨਸੀ ਸਭ ਅਭਮਾਨੀ ਰਹਾਉ। ਧਾਰ ਅਨੁਗ੍ਰਹਿ ਆਪਣੀ ਕਰ ਲੀਨੀ, ਗੁਰਮੁਖ ਪੂਰ ਗਿਆਨੀ। ਸਰਬ ਸੁਖ ਆਨੰਦ ਘਨੇਰੇ, ਠਾਕੁਰ ਦਰਸ ਧਿਆਨੀ। ਨਿਕਟ ਵਰਤਨ ਸਾ ਸਦਾ ਸੁਹਾਗਨ, ਦਹ ਦਿਸ ਸਾਈ ਜਾਨੀ। ਪ੍ਰਿਆ ਰੰਗ ਰੰਗ ਰਤੀ ਨਾਰਾਇਣ, ਨਾਨਕ ਤਿਸ ਕੁਰਬਾਨੀ। ਨਿਕਟ ਵਰਤਨ ਸਾ ਸਦਾ ਸੁਹਾਗਨ, ਦਹ ਦਿਸ ਸਾਈ ਜਾਨੀ। ਪ੍ਰਿਆ ਰੰਗ ਰੰਗ ਰਤੀ ਨਾਰਾਇਣ, ਨਾਨਕ ਤਿਸ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠ
आनंद माण रहे गुरु प्यार वाले सतसंगी जनो वडभागी हो। आप जी दे सन्मुख बेनती है कि कल नू धन धन श्री गुरु ग्रंथ साहिब महाराज जी दे पहले पावन प्रकाश गुरपुरब हैं जो दिल्ली से गुरुद्वारा प्रबंधक कमेटी वालों आप संगत जी दे सहयोग नाल गुरुद्वारा मोती बाग साहिब विखे अमृत वेले तो रात्रि तक मनाए जा रहे हैं। हाजरियां भरो, जीवन सफल बनाओ। अज धन धन श्री गुरु ग्रंथ साहिब महाराज जी दे पावन संपूर्णता दिवस हैं। आसा की वार दा आप जी ने आनंद माणिया है। हुण दर घर दी चल रही मर्यादा अनुसार समा है गुरमत लड़ी वार विचारां दा। सेवा निभा रहे हैं सत्कार अते सन्मान जो भाई साहिब भाई हरविंदर सिंह जी सोहाने वाले तिना पासों प्रेम सहित गुरबाणी विचार सरवण करो जी। वाहिगुरु जी का खालसा, वाहिगुरु जी की फतेह। सतनाम करता पुरख निरभाओ निरवैर अकाल मूरत अजूनी सैभं गुर प्रसाद। सतगुरु पातशाह साहिब जी दे हजूर दरबार विखे सुशोभित सात संगत जीओ अदब सहित फतेह प्रवान करना जी। वाहिगुरु जी का खालसा, वाहिगुरु जी की फतेह। आप समूह संगत बड़े प्रेम भाव सहित मन वृत्ति एकाग्र करके बाला प्रीतम साहिब श्री गुरु हरकृष्ण पातशाह साहिब जी दे पवित्र पावन चरण शह प्राप्त स्थान ते राज जी दे अपने ही निज पावन स्वरूप शब्द नाल चित ला के जुड़ मिल बैठे हो। पातशाह गुरदेव जी दियां बेअंत महरहमतां ते वडियाईयां जो सत संगत विच सदा वरत दिया ने आप उन्हां दे सांझी ते धारणे होयो। किरपालता करना, अपने निर्मल हिरदे चों अरदास करना जो गुरु पातशाह साहिब जी रहमत करन पावन शब्द दी विचार बोलन दा तारण हते विचार दा प्रवाह बख्शा। एक बार आसीस देंदिया अमृत दृष्टि पा के जपना जी सतनाम श्री वाहे। गरीब निवास जुग जुग अटल घट घट के वासी अकाल पुरख वाहिगुरु जी का कोटान कोट शुकराना है जो सच्चे पातशाह साहब जी ने कृपा की है संपूर्ण रैण अपने प्यार ते भाणे च बतीत कराई अमृत वेले की जाग बख्शिश की। इस वक्त अपने ही पावन दरबार जिसनों असी श्री बंगला साहब जी के नाम ना जानते हाँ जिस पावन स्थान ते बाला प्रीतम दे रूप च साहिब श्री गुरु हरकृष्ण साहिब जी दे नां हेठ वरतदिया होया आप जी ने अपने पवित्र पावन चरण पाए और जिथे एक कला वरती जिसन बाद विच हर रोज असी पढ़ते हाँ श्री हरकृष्ण ध्याई है जिस डिठा
ਸਭ ਦੁੱਖ ਜਾਏ, ਜਿਸ ਦੇ ਦਰਸ਼ਨ ਮਾਤਰ ਦੇ ਨਾਲ ਹੀ, ਜਿਸ ਦੀ ਪਵਿੱਤਰ ਪਾਵਨ ਸ਼ੋਅ ਮਾਤਰ ਦੇ ਨਾਲ ਹੀ ਸਾਰੇ ਦੁੱਖ ਮਿਟ ਜਾਂਦੇ ਨੇ। ਅੱਜ ਉਸ ਪਾਵਨ ਸਥਾਨ 'ਤੇ ਸਤਸੰਗਤ ਸਰੂਪ ਦੇ ਵਿੱਚ ਇਕੱਤਰ ਹੋਣ ਦਾ ਸਮਾਂ ਪ੍ਰਾਪਤ ਹੋਇਆ। ਸਤਸੰਗਤ ਦਾ ਜੋ ਸਹੀ ਸਰੂਪ ਅਸੀਂ ਉਲੀਕਦੇ ਹਾਂ ਅਤੇ ਸੰਸਾਰ ਦਾ ਜੋ ਸਰੂਪ ਅਸੀਂ ਦੇਖਦੇ ਹਾਂ ਉਹਦੇ ਵਿੱਚ ਮੂਲ ਭੇਤ ਨਜ਼ਰ ਆਉਂਦਾ ਹੈ। ਕਿਉਂਕਿ ਅੱਜ ਦਾ ਦਿਨ, ਜਿਵੇਂ ਹੁਣੇ ਆਪ ਜੀ ਨੇ ਸ਼ਰਵਣ ਕੀਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਇਸ ਪਾਵਨ ਸਰੂਪ ਦਾ ਸੰਪੂਰਨਤਾ ਦਾ ਦਿਵਸ ਹੈ। ਜਦੋਂ ਪੰਚਮ ਪਾਤਸ਼ਾਹ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਰਾਮਸਰ ਸਾਹਿਬ ਵਿਖੇ ਲਗਾਤਾਰ ਮਿਹਨਤ ਤੋਂ ਬਾਅਦ ਵਿੱਚ ਇਹ ਪਾਵਨ ਸਰੂਪ ਤਿਆਰ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਨਿਗਰਾਨੀ ਅਤੇ ਉਹਨਾਂ ਦੀ ਕਲਮ ਦੇ ਰਾਹੀਂ ਇਹ ਸੁੰਦਰ ਅੱਖਰਾਂ ਦੇ ਸਰੂਪ ਵਿੱਚ ਸਾਨੂੰ ਇਹ ਅੰਮ੍ਰਿਤ ਕੁੰਟ ਪ੍ਰਾਪਤ ਹੋਇਆ। ਅੱਜ ਦਾ ਦਿਨ ਹੈ ਜਿਸ ਦਿਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਮਹਾਰਾਜ ਨੂੰ ਕਿਹਾ ਹੋਣਾ ਹੈ। ਜੇ ਅਸੀਂ ਕਿਤੇ ਅੱਜ ਕੱਲ੍ਹ ਇਸ ਨੂੰ ਮੈਂ ਤਾਂ ਗਿਆਨ ਕਲਪਨਾ ਅਤੇ ਧਿਆਨ ਦਰਸ਼ਨ ਕਹਿੰਦਾ ਹੁੰਦਾ, ਤੁਸੀਂ ਆਪਣੇ ਅਤੀਤ ਦੀ ਝਾਤ ਪਾ ਸਕੀਏ। ਕਿਤੇ ਅੱਜ ਅਸਾਂ ਦੀ ਸੁਰਤ ਚੇਤਨਾ ਰਾਮਸਰ ਸਾਹਿਬ ਪਹੁੰਚ ਜਾਏ, ਦਰਬਾਰ ਲੱਗਾ ਹੋਏ ਪੰਚਮ ਪਾਤਸ਼ਾਹ ਸਾਹਿਬ ਜੀ ਸੁਸ਼ੋਭਿਤ ਨੇ, ਭਾਈ ਗੁਰਦਾਸ ਸਾਹਿਬ ਜੀ ਆ ਕੇ ਕਹਿੰਦੇ ਨੇ ਮਹਾਰਾਜ ਅੱਜ ਜੋ ਆਪ ਜੀ ਨੇ ਪਿਛਲੇ ਲੰਮੇਰੇ ਸਮੇਂ ਤੋਂ ਕਾਰਜ ਆਰੰਭਿਆ ਸੀ ਨਾ, ਅੱਜ ਕਾਰਜ ਮੁਕੰਮਲ ਹੋ ਗਿਆ। ਅੱਜ ਤੋਂ ਬਾਅਦ ਵਿੱਚ ਇਹਦੇ ਵਿੱਚ ਹੁਣ ਕਲਮ ਨਹੀਂ ਚੱਲੇਗੀ। ਲਿਖਿਆ ਗਿਆ ਜਿਲਦਾਂ ਆਦਿਕ ਤਿਆਰ ਹੋ ਗਈਆਂ ਨੇ, ਸੰਪੂਰਨਤਾ ਹੋ ਗਈ ਹੈ। ਹੁਣ ਅਗਲੇ ਹੁਕਮ ਆਪ ਜੀ ਦੇ ਕੀ ਨੇ ਆਪ ਜਾਣਦੇ ਹੋ, ਉਹਨਾਂ ਦੇ ਮੁਤਾਬਕ ਅਗਲੀ ਤਿਆਰੀ ਕੀਤੀ ਜਾਏਗੀ। ਅੱਜ ਦਾ ਉਹ ਦਿਨ ਹੈ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਅੱਜ ਇਹ ਮੁਕੰਮਲ, ਸ਼ਾਇਦ ਇੱਕ ਹੋਰ ਬੇਨਤੀ ਕਰਦੇ ਹਾਂ। ਦੂਸਰੀ ਵਾਰੀ ਪਾਤਸ਼ਾਹ ਦਸ਼ਮੇਸ਼ ਸਾਹਿਬ ਜੀ ਨੇ ਵੀ ਮੁਕੰਮਲ ਕੀਤਾ। ਆ ਬੜੇ ਸਤਿਕਾਰਨਾ ਮਹੱਲੇ ਨੌਵੇਂ ਕੀ ਬਾਣੀ ਆਪਾਂ ਪੜ੍ਹਦੇ ਹਾਂ, ਪਾਤਸ਼ਾਹ ਦਸ਼ਮੇਸ਼ ਜੀ ਨੇ ਦਰਜ ਕੀਤੀ ਹੈ, ਉਹ ਵੀ ਦਿਨ ਅੱਜ ਦਾ ਹੀ ਹੈ। ਅੱਜ ਉਹਨਾਂ ਯਾਦਾਂ 'ਚ ਆਪਾਂ ਬੈਠੇ ਹਾਂ। ਮੁਕੰਮਲਤਾ, ਸੰਪੂਰਨਤਾ, ਅਤੇ ਸੰਪੂਰਨਤਾ ਤੋਂ ਬਾਅਦ ਹੁੰਦਾ ਹੈ ਪ੍ਰਕਾਸ਼। ਇਹ ਕੁਝ ਕੁਦਰਤ ਦੇ ਅਟਲ ਨਿਯਮ ਨੇ। ਕੋਈ ਚੀਜ਼ ਆਪਣੇ ਕਿਸੇ ਖਾਸ ਮੁਕਾਮ 'ਤੇ ਪਹੁੰਚੇਗੀ, ਫਿਰ ਹੀ ਉਹਦੇ ਤੋਂ ਕਿਸੇ ਅਗਲੇ ਪੱਖ ਦੀ ਸੰਭਾਵਨਾਵਾਂ ਅਤੇ ਅਗਲੇ ਪੱਖ ਦੀ ਆਸ ਕੀਤੀ ਜਾ ਸਕਦੀ ਹੈ। ਸੰਪੂਰਨਤਾ ਤੱਕ ਪਹੁੰਚਦੇ ਹਾਂ ਅਤੇ ਫਿਰ ਅਗਲੇ ਪੱਖ ਦੀ ਅਸੀਂ ਆਸ ਕਰਦੇ। ਇਸੇ ਤਰ੍ਹਾਂ ਗਿਆਨ ਵਿੱਚ, ਵਿਗਿਆਨ ਵਿੱਚ, ਅਧਿਆਤਮ ਦੇ ਵਿੱਚ, ਪਰਮਾਰਥ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ, ਕਿਤੇ ਵੀ ਕਿਸੇ ਵੀ ਰਾਹ 'ਤੇ ਤੁਰਦਿਆਂ ਜਾਂਦਿਆਂ ਜਦੋਂ ਸਾਧਕ ਨੂੰ ਸੰਪੂਰਨਤਾ ਪ੍ਰਾਪਤ ਹੁੰਦੀ ਹੈ ਅਤੇ ਫਿਰ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਸਾਡੇ 'ਚੋਂ ਹੀ ਜਿਹੜੇ ਜੀ ਸਾਧਨਾਵਾਂ ਕਰਦੇ ਨੇ, ਜਪ ਕਰਦੇ ਨੇ, ਅਭਿਆਸ ਕਰਦੇ ਨੇ, ਸਾਰੇ ਦੇ ਸਾਰੇ ਜੀ ਭਾਵੇਂ ਉਹ ਅਲੱਗ ਅਲੱਗ ਢੰਗ ਦੇ ਨਾਲ ਕੋਈ ਸਾਧਨਾ ਕਰਦਾ ਹੋਵੇਗਾ, ਭਾਵੇਂ ਕੋਈ ਅਲੱਗ ਅਲੱਗ ਮਨੋਬਿਰਤੀ 'ਚ ਹੋਵੇਗਾ, ਪਰ ਅਗਰ ਉਹ ਸਾਧਕ ਹੈ, ਆਪਣੇ ਗੁਰੂ ਦੇ ਬਚਨਾਂ 'ਤੇ ਪਹਿਰਾ ਦੇ ਕੇ ਆਪਣੇ ਮਨ ਨੂੰ ਆਪਣੇ ਗੁਰੂ ਕੀ ਮੱਤ, ਜਿਸ ਨੂੰ ਅਸੀਂ ਗੁਰਮਤ ਕਹਿੰਦੇ ਹਾਂ, ਉਹਦੇ ਮੁਤਾਬਕ ਸਾਧਨ ਦਾ ਯਤਨ ਕਰ ਰਿਹਾ ਹੋਵੇਗਾ, ਤਾਂ ਜਾਣਦਾ ਹੈ ਕਿ ਮੈਨੂੰ ਅਜੇ ਸੰਪੂਰਨਤਾ ਪ੍ਰਾਪਤ ਨਹੀਂ ਹੋਈ। ਕਿਉਂਕਿ ਜਿਸ ਦਿਨ ਮੈਨੂੰ ਸੰਪੂਰਨਤਾ ਮਿਲ ਗਈ ਉਸ ਤੋਂ ਬਾਅਦ ਪ੍ਰਕਾਸ਼ ਹੋਣਾ ਹੈ, ਅਤੇ ਅਜੇ ਸਾਡੇ ਜੀਵਨ ਵਿੱਚ ਰੂਹਾਨੀ ਪ੍ਰਕਾਸ਼ ਨਹੀਂ ਹੈ। ਅਜੇ ਸਾਨੂੰ ਇਹਨਾਂ ਬਾਹਰ ਦੇ ਆਰਟੀਫਿਸ਼ਲ
ਪ੍ਰਕਾਸ਼ ਦੀ ਬਹੁਤ ਜ਼ਰੂਰਤ ਹੈ। ਅੱਜ ਅਸੀਂ ਇਸ ਮੁਕਾਮ 'ਤੇ ਬੈਠੇ ਹਾਂ ਸਤਸੰਗਤ ਵਿੱਚ, ਅਤੇ ਸਤਸੰਗਤ ਵਿੱਚ ਬਹਿਣ ਦੀ ਜੁਗਤ ਸਤਿਗੁਰ ਨੇ ਸਾਨੂੰ ਦਿੱਤੀ ਹੈ। ਇੱਥੇ ਵੇਖਿਆ ਹੋਣਾ ਹੈ ਅਸੀਂ ਉਸਨੂੰ ਆਪਣੇ ਆਪਣੇ ਗਲਤ ਜਾਂ ਸਹੀ, ਹਰ ਇੱਕ ਵਿਅਕਤੀ ਦਾ ਆਪਣਾ ਅੰਦਾਜ਼ ਹੈ, ਉਹਦੇ ਮੁਤਾਬਕ ਤਰਕ ਵਿਤਰਕ ਕਰਦੇ ਹੋਵਾਂਗੇ, ਉਹ ਆਪਣੀ ਮਨੋਬਿਰਤੀ ਹੁੰਦੀ ਹੈ। ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮੱਖੀਰਾ, ਸਤਸੰਗਤ ਵਿੱਚ ਇੱਚ ਮਿਲਿਆ ਜਾ, ਸੰਸਾਰ ਦੇ ਵਿੱਚ ਵੀ ਇਸੇ ਤਰ੍ਹਾਂ ਮਿਲਿਆ ਜਾਂਦਾ। ਉੱਥੇ ਵੇਖਿਆ ਹੋਣਾ ਹਰ ਕੋਈ ਜੀ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ। ਸੰਗਤ ਵਿੱਚ ਵੀ ਵੇਖਿਆ ਹੈ ਅਨੁਭਵੀ ਅਤੇ ਪਿਆਰੇ ਜੀ ਅੱਗੇ ਆਉਣ ਦੀ ਕੋਸ਼ਿਸ਼ ਵਿੱਚ ਨਿਰੰਤਰ ਯਤਨਸ਼ੀਲ ਹੁੰਦੇ ਨੇ। ਅਸੀਂ ਸੰਸਾਰ ਦੇ ਜੀ ਉਹਨਾਂ ਨੂੰ ਕੁਛ ਹੋਰ ਕਹਿ ਦਿੰਦੇ ਹੋਵਾਂਗੇ, ਪਰ ਹਰ ਅਭਿਆਸੀ, ਹਰ ਸਿੱਖ ਅੱਗੇ ਆਉਣਾ ਚਾਹ ਰਿਹਾ, ਕਿਉਂਕਿ ਅੱਗੇ ਆਉਣਾ ਉਹਦੀ ਜ਼ਰੂਰਤ ਹੈ, ਅੱਗੇ ਆਉਣਾ ਉਹਦੀ ਚਾਹਤ ਹੈ। ਅੱਗੇ ਆਏ ਤੋਂ ਬਿਨਾਂ ਉਹਨੂੰ ਮੁਕੰਮਲਤਾ ਨਹੀਂ ਮਿਲਣੀ। ਅੱਗੇ ਆ ਰਿਹਾ ਹੈ, ਸੰਸਾਰ ਵਿੱਚ ਵੀ ਜੀ ਅੱਗੇ ਆ ਰਹੇ ਨੇ, ਰਾਜਨੀਤਿਕ ਲੋਕ ਵੀ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਆ ਰਹੇ ਨੇ, ਅਸੀਂ ਵੇਖਦੇ ਹਾਂ ਨਾ। ਕਿਉਂਕਿ ਸਾਨੂੰ ਲੋਕਾਂ ਨੂੰ ਇੱਕ ਆਦਤ ਹੈ, ਅਸੀਂ ਰਾਜਨੀਤਿਕ ਲੋਕਾਂ ਦੇ ਬਾਰੇ ਚਰਚਾ ਬਹੁਤ ਹੀ ਕਰਦੇ ਹਾਂ। ਉਹ ਵੀ ਇੱਕ ਦੂਜੇ ਨੂੰ ਪਛਾੜਦੇ ਨੇ, ਅੱਗੇ ਆਉਂਦੇ ਨੇ, ਅਤੇ ਹਰ ਇੱਕ ਜੀ ਅੱਗੇ ਆਉਣਾ ਚਾਹੁੰਦਾ ਹੈ। ਅਧਿਆਤਮ ਨੂੰ ਕਿਤੇ ਗਹੁ ਨਾ ਪਕੜ ਕੇ ਦੇਖਣਾ, ਇੱਥੇ ਵੀ ਹਰ ਇੱਕ ਜੀ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਸ ਫਰਕ ਇੱਕ ਹੈ ਕਿ ਉੱਥੇ ਲੰਘਣ ਵਾਲਾ ਜੀ ਦੂਜੇ ਨੂੰ ਧੱਕਾ ਦੇ ਕੇ ਡੇਗਦਾ ਹੈ, ਦੂਜੇ ਨੂੰ ਮਾਰਦਾ ਹੈ, ਦੂਜੇ ਨੂੰ ਲਤਾੜਦਾ ਹੈ, ਪਰਾਂ ਕਰਦਾ ਹੈ ਅਤੇ ਆਪ ਅੱਗੇ ਲੰਘ ਜਾਂਦਾ ਹੈ। ਉਹ ਭਾਵੇਂ ਪਿਤਾ ਹੋਵੇ, ਭਾਵੇਂ ਪੁੱਤਰ ਹੋਵੇ, ਭਾਵੇਂ ਭਰਾ ਹੋਵੇ, ਉਸ ਨੂੰ ਜ਼ਰਾ ਕੁ ਕਮਜ਼ੋਰ ਦੇਖਦਾ, ਉਸ ਨੂੰ ਲਤਾੜ ਦਿੰਦਾ, ਉਸ ਨੂੰ ਮਾਰ ਦਿੰਦਾ, ਉਸ ਨੂੰ ਦਬਾ ਦਿੰਦਾ, ਆਪ ਅੱਗੇ ਲੰਘ ਜਾਂਦਾ। ਸਾਡੇ ਕੋਲ ਇਤਿਹਾਸ ਭਰਿਆ ਪਿਆ ਹੈ ਐਸੇ ਇਗਜ਼ਾਮਪਲਸ ਦਾ, ਜਦੋਂ ਪਿਤਾ ਨੇ ਪੁੱਤਰ ਨੂੰ ਪਛਾੜਿਆ, ਲਤਾੜੇ, ਮਾਰਿਆ, ਜੇਲ੍ਹ 'ਚ ਪਾਇਆ ਇਸ ਤਖ਼ਤ 'ਤੇ ਆਉਣ ਵਾਸਤੇ। ਸੰਸਾਰ ਦਾ ਇਤਿਹਾਸ ਭਰਿਆ ਪਿਆ। ਕਦੇ ਆਪਾਂ ਅਧਿਆਤਮ ਨੂੰ ਇਸ ਪੱਖੋਂ ਵੇਖਿਆ ਕਿ ਇੱਥੇ ਵੀ ਤਾਂ ਹਰ ਕੋਈ ਜੀ ਅੱਗੇ ਆਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਕੋਸ਼ਿਸ਼ ਕਰਨੀ ਵੀ ਚਾਹੀਦੀ ਹੈ। ਅਸੀਂ ਵੀ ਤਾਂ ਇੱਥੇ ਪਹੁੰਚਣਾ ਚਾਹੁੰਦੇ ਹਾਂ ਨਾ, ਅਸੀਂ ਵੀ ਇਸ 'ਤੇ ਚਰਨ ਛੂਣਾ ਚਾਹੁੰਦੇ ਹਾਂ, ਇੱਥੇ ਪਹੁੰਚਣਾ ਚਾਹੁੰਦੇ ਹਾਂ, ਪਰ ਸਾਡੇ ਅਧਿਆਤਮ ਦੇ ਵਿੱਚ ਅਤੇ ਸੰਸਾਰ ਦੇ ਵਿੱਚ ਅੱਗੇ ਆਉਣ 'ਚ ਇੱਕ ਫਰਕ ਹੈ। ਅਸੀਂ ਕਿਸੇ ਨੂੰ ਲਤਾੜਦੇ ਨਹੀਂ, ਕਿਸੇ ਨੂੰ ਮਾਰਦੇ ਨਹੀਂ, ਸਾਡੇ ਵਡੇਰੇ ਅੱਗੇ ਆਏ ਨੇ। ਵੇਖਿਆ ਹੋਣਾ ਭਾਈ ਬਿਧੀ ਚੰਦ ਬਹੁਤ ਦੂਰਲੇ ਹਾਸ਼ੀ ਤੋਂ ਚੱਲ ਕੇ ਇੰਨਾ ਅੱਗੇ ਆ ਗਏ ਨੇ ਕਿ ਗੁਰੂ ਕਾ ਸੀਨਾ ਹੋਣ ਦਾ ਮਾਣ ਲੈ ਬੈਠੇ ਨੇ। ਅਤੇ ਆਏ ਕਿੱਥੋਂ ਨੇ? ਉਸ ਹਾਸ਼ੀਏ ਤੋਂ ਜਿੱਥੇ ਲੋਕ ਬਾਹਰ ਖੜ੍ਹੇ ਨੇ, ਜਿੱਥੇ ਲੋਕ ਕੋਈ ਚੋਰ ਕਹਿੰਦਾ ਹੈ, ਕੋਈ ਲੁਟੇਰਾ ਕਹਿੰਦਾ ਹੋਵੇਗਾ, ਕੋਈ ਮਾੜਾ ਕਹਿੰਦਾ ਹੋਵੇਗਾ, ਪਰ ਚੱਲਦੇ ਚੱਲਦੇ ਇੱਥੇ ਆ ਗਏ ਨੇ। ਅਸੀਂ ਸੰਗਤ ਵਿੱਚ ਹਾਂ ਜਿਹੜੇ ਇੱਕ ਦੂਜੇ ਨੂੰ ਸਹਿਯੋਗ ਵੀ ਦਿੰਦੇ ਨੇ, ਅੱਗੇ ਵਧਣ 'ਚ ਮਦਦ ਵੀ ਕਰਦੇ ਨੇ, ਅਤੇ ਅੱਗੇ ਵੱਧ ਕੇ ਦਾ ਸਤਿਕਾਰ ਵੀ ਕਰਦੇ ਨੇ। ਅੱਜ ਸਤਿਗੁਰ ਨੇ ਕੁਝ ਇਹੋ ਜਿਹੀਆਂ ਗੱਲਾਂ ਸਾਡੇ ਨਾਲ ਕੀਤੀਆਂ ਨੇ, ਸਾਨੂੰ ਦੱਸਿਆ ਨਾ, ਮਾਨੀ ਤੂੰ ਰਾਮ ਕੈ ਦਰ ਮਾਨੀ। ਬਚਨ ਰਾਗ ਸਾਰੰਗ ਦਾ ਹੈ ਅਤੇ ਆਪਾਂ ਨੂੰ ਪਤਾ ਹੈ ਸਾਰੰਗ ਦਾ ਸੁਭਾਅ ਠੰਡਾ ਹੈ, ਸ਼ਾਂਤੀ ਪ੍ਰਿਯ ਹੈ, ਸ਼ਾਂਤ ਚਿੱਤ ਵਿੱਚ ਰਹਿ ਕੇ ਪੁਕਾਰ ਕਰਨਾ ਸਾਰੰਗ ਦਾ ਰਸ ਹੈ। ਲੋਕ ਪਪੀਹੇ ਨੂੰ ਵੀ ਸਾਰੰਗ ਕਹਿ ਦਿੰਦੇ ਨੇ, ਲੋਕਾਂ ਨੇ ਮੋਰ ਨੂੰ ਵੀ ਸਾਰੰਗ ਕਿਹਾ ਹੋਇਆ, ਧਨੁੱਖ ਨੂੰ ਵੀ ਸਾਰੰਗ ਕਿਹਾ ਹੋਇਆ। ਸ਼ਬਦਾਂ ਦੇ ਕਈ ਅਰਥ ਹੋਣਗੇ, ਪਰ ਰਾਗ ਸਾਰੰਗ ਦਾ ਜੋ ਸੁਭਾਅ ਹੈ ਉਹ ਸ਼ਾਂਤ ਹੈ, ਰਸ ਠੰਡਾ ਹੈ। ਗੁਰੂ ਕਿਰਪਾ ਕਰਨ ਸਾਨੂੰ ਕਿਤੇ ਸਮਝ ਆ ਸਕੇ, ਸਾਰੰਗ ਰਾਗ ਤੱਕ ਪਹੁੰਚਦਿਆਂ ਪਹੁੰਚਦਿਆਂ ਸਾਡੀ ਮਨ ਬਿਰਤੀ ਸ਼ਾਂਤ ਹੋ ਜਾਣੀ ਚਾਹੀਦੀ ਹੈ,
ਸਾਡਾ ਮਨ ਠੰਡਾ ਹੋ ਜਾਣਾ ਚਾਹੀਦਾ ਹੈ। ਸਾਡੇ ਅੰਦਰ ਦੀ ਅੱਗ ਜੋ ਤ੍ਰਿਸ਼ਨਾ ਦੀ ਅੱਗ ਹੈ ਉਹ ਬੁੱਝ ਜਾਣੀ ਚਾਹੀਦੀ ਹੈ। ਤਾਂਹੀਓ ਤਾਂ ਰਾਮ ਕੇ ਦਰ 'ਤੇ ਮੰਨੇ ਜਾਵਾਂਗੇ ਨਾ। ਇੱਥੇ ਅੱਗ ਨਾ ਭਰਿਆ, ਕ੍ਰੋਧ ਨਾ ਭਰਿਆ, ਈਰਖਾ ਨਾ ਭਰਿਆ, ਨਿੰਦਾ ਅਤੇ ਦੁਐਸ਼ ਨਾ ਭਰਿਆ ਹੋਇਆ ਕੋਈ ਜੀ ਇੱਥੇ ਥੋੜ੍ਹਾ ਮੰਨਿਆ ਜਾਏਗਾ। ਇੱਥੇ ਤਾਂ ਸਿਰਫ ਉਸੇ ਨੂੰ ਮਾਨਤਾ ਮਿਲੇਗੀ ਜਿਸ ਦਾ ਚਿੱਤ ਸ਼ਾਂਤ ਹੋ ਚੁੱਕਾ, ਅਤੇ ਚਿੱਤ ਸ਼ਾਂਤ ਤੱਕ ਪਹੁੰਚਦਿਆਂ ਪਹੁੰਚਦਿਆਂ ਆ ਰਾਗ ਸਾਰੰਗ ਦਾ ਸਫ਼ਰ ਹੈ। ਆ ਜਿਵੇਂ ਅਸੀਂ ਸੰਸਾਰ ਦੇ ਸਫ਼ਰ ਕਰਦਿਆਂ ਕਰਦਿਆਂ ਸੜਕਾਂ ਦੇ ਹਿੱਸਿਆਂ ਦੀ ਵੰਡ ਵੇਖਦੇ ਹਾਂ ਨਾ, ਸਾਡੇ ਹਾਈਵੇਜ਼ ਦੇ ਨੰਬਰ ਬਦਲ ਜਾਂਦੇ ਨੇ, ਸਾਡੇ ਸੜਕਾਂ ਦੇ ਨਾਮ ਬਦਲ ਜਾਂਦੇ ਨੇ, ਅਤੇ ਨਾਮ ਬਦਲਦਿਆਂ ਹੀ ਉਹਦਾ ਨੰਬਰ ਬਦਲਦਿਆਂ ਹੀ ਉਹਦਾ ਸਟੈਂਡਰਡ ਬਦਲ ਜਾਂਦਾ ਹੈ। ਅਕਸਰ ਸੜਕਾਂ 'ਤੇ ਸਫ਼ਰ ਕਰਨ ਵਾਲਿਆਂ ਨੇ ਜੋ ਇੱਕ ਸਟੇਟ ਤੋਂ ਦੂਜੀ ਸਟੇਟਾਂ 'ਚ ਸਫ਼ਰ ਕਰਦੇ ਹੋ ਦੇਖਿਆ ਹੋਣਾ, ਨੰਬਰ ਬਦਲ ਗਿਆ, ਨਾਮ ਬਦਲ ਗਿਆ, ਸਟੇਟ ਬਦਲ ਗਿਆ, ਸੜਕ ਦਾ ਸਟੈਂਡਰਡ ਹੀ ਬਦਲ ਜਾਂਦਾ ਹੈ, ਆਲਾ ਦੁਆਲਾ ਬਦਲ ਜਾਂਦਾ ਹੈ, ਪਰ ਯਾਤਰੀ ਤਾਂ ਨਹੀਂ ਰੁਕਦਾ ਨਾ, ਉਹ ਤਾਂ ਤੁਰਿਆ ਜਾਂਦਾ ਕਿਉਂਕਿ ਉਹਨੂੰ ਇਹਦੇ ਵਿੱਚ ਦੀ ਲੰਘ ਜਾਣਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਅਧਿਆਤਮ ਦੇ ਇਸ ਮਾਰਗ 'ਤੇ ਚੱਲਾਂਗੇ ਜੋ ਗੁਰਬਾਣੀ ਦੇ ਸਦਕੇ ਚੱਲਦਾ ਹੈ, ਰਾਗ ਬਦਲਦੇ ਜਾਣਗੇ। ਸ਼੍ਰੀ ਰਾਗ ਤੋਂ ਆਰੰਭ ਹੁੰਦਾ ਹੋਇਆ ਚੱਲਦਾ ਚੱਲਦਾ ਪ੍ਰਭਾਤ ਤੱਕ ਪਹੁੰਚੇਗਾ, ਜਿਹਨੂੰ ਪ੍ਰਭਾਤੀ ਕਹਿੰਦੇ ਨੇ। ਪ੍ਰਭਾਤ ਤੋਂ ਬਾਅਦ ਫਿਰ ਸੂਰਜ ਚੜ੍ਹ ਜਾਣਾ ਹੁੰਦਾ ਹੈ। ਪ੍ਰਭਾਤ ਦਾ ਮਤਲਬ ਇਹ ਹੁੰਦਾ ਜੋ ਅਜੇ ਸੂਰਜ ਨਹੀਂ ਚੜ੍ਹਿਆ ਪਰ ਰਾਤ ਦਾ ਅੰਧਕਾਰ ਮਿਟ ਚੁੱਕਾ ਹੈ, ਉਸ ਮੁਕਾਮ ਤੋਂ ਚੱਲਦਿਆਂ ਚੱਲਦਿਆਂ ਪ੍ਰਭਾਤ ਤੋਂ ਪਹਿਲਾਂ ਜਦ ਕਲਿਆਣ ਆਉਂਦਾ, ਆਨੰਦ ਆਉਂਦਾ, ਬਹੁਤ ਕੁਛ ਆਉਂਦਾ, ਉਹਦੇ ਬਿਰਤੀ ਹੁੰਦੀ ਹੈ ਜਿੱਥੋਂ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਹੈ, ਸ਼ਾਂਤੀ ਦਾ ਵੇਲਾ ਜਿਹਨੂੰ ਅਸੀਂ ਚੌਥੇ ਪੈਰ ਦੀ ਆਰੰਭਤਾ ਕਹਿੰਦੇ ਹਾਂ। ਅੰਗਾਂ 'ਤੇ ਕਰਕੇ ਵੀ ਆਪ 1228 ਅੰਕ 'ਤੇ ਖੜ੍ਹੇ ਹੋ ਜਿੱਥੋਂ ਅੰਮ੍ਰਿਤ ਵੇਲਾ ਸਾਡਾ ਆਰੰਭ ਹੁੰਦਾ ਹੈ, ਬਿਰਤੀਆਂ ਸ਼ਾਂਤ ਹੋ ਜਾਂਦੀਆਂ, ਟਿਕਾਓ ਅਤੇ ਰਸ ਬਣ ਜਾਏ। ਹੁਣ ਕੀ ਹੋਏਗਾ ਜੀ, ਹੁਣ ਤੈਨੂੰ ਰਾਮ ਦੇ ਦਰ 'ਤੇ ਮਾਨਤਾ ਮਿਲੇਗੀ, ਰਾਮ ਦੇ ਦਰ 'ਤੇ ਮਾਨਤਾ ਮਿਲੇਗੀ, ਪ੍ਰਵਾਨਗੀ ਮਿਲੇਗੀ। ਪਰ ਪ੍ਰਵਾਨਗੀ ਪ੍ਰਾਪਤ ਕਰਨ ਵਾਲੇ ਦੇ ਬੋਲ ਕਿਹੋ ਜਿਹੇ ਹੋਣ? ਅਸੀਂ ਤੁਸੀਂ ਜਿਤਨੇ ਜੀ ਆਪਣੇ ਗੁਰੂ ਦੇ ਦਰ 'ਤੇ ਪ੍ਰਵਾਨਗੀ ਲੈਣ ਲਈ ਤਾਂ ਬੈਠੇ ਹਾਂ ਨਾ, ਇਹ ਠੀਕ ਹੈ ਅਸੀਂ ਸਾਰੇ ਕਿਰਤੀ ਹਾਂ, ਪਰਿਵਾਰੀ ਹਾਂ, ਪਰ ਇੱਥੇ ਬਹਿ ਕੇ ਅਸੀਂ ਕਿਰਤ ਅਤੇ ਪਰਿਵਾਰ ਦੀ ਵਿਆਖਿਆ ਤਾਂ ਨਹੀਂ ਕਰਦੇ ਨਾ। ਮੰਗਾਂ ਮੰਗਦੇ ਹਾਂ, ਮੇਰੇ ਪਰਿਵਾਰ 'ਚ ਸੁੱਖ ਹੋਵੇ, ਮੇਰੀ ਕਿਰਤ ਵਿੱਚ ਬਰਕਤ ਪਵੇ, ਇਹ ਮੰਗ ਹੈ ਸਾਡੀ, ਖੁਆਹਿਸ਼ ਹੈ ਸਾਡੀ ਕਿ ਮੇਰੇ ਪਰਿਵਾਰ 'ਚ ਸੁੱਖ ਵਰਤੇ, ਮੇਰੀ ਕਿਰਤ ਵਿੱਚ ਬਰਕਤ ਪਵੇ, ਇਹ ਸਾਡੀ ਇੱਛਾਵਾਂ ਨੇ, ਕਾਮਨਾਵਾਂ ਨੇ, ਸਾਡੀਆਂ ਮੰਗਾਂ ਨੇ। ਪਰ ਇੱਥੇ ਨਾ ਤਾਂ ਪਰਿਵਾਰ ਦੇ ਸੰਬੰਧਾਂ ਦੀ ਵਿਆਖਿਆ ਹੈ ਅਤੇ ਨਾ ਹੀ ਇੱਥੇ ਕਿਰਤਾਂ ਦੇ ਗੱਠਜੋੜਾਂ ਦੀ ਉਲਝਣਾਂ ਦਾ ਦਰਸ਼ਨ ਹੈ, ਇੱਥੇ ਕੋਈ ਵਿਆਖਿਆ ਨਹੀਂ ਹੈ। ਇੱਥੇ ਸਿਰਫ ਇੱਕ ਵਿਆਖਿਆ ਹੈ ਮੇਰੀ, ਮਨ ਦੀ, ਜੀਓ ਦੀ, ਜੋ ਮੇਰਾ ਆਪਣਾ ਰੂਪ ਹੈ, ਜੋ ਮੇਰੇ ਆਪਣੇ ਅਲੱਗ ਅਲੱਗ ਪੱਖ ਨੇ, ਇਹਦੀ ਵਿਆਖਿਆ ਹੈ ਤੂੰ ਇਹ ਜਿੰਦੇ, ਤੂੰ ਆਪਣੇ ਆਪ ਨੂੰ ਦੇਖ, ਤੂੰ ਕੌਣ ਹੈ, ਇੱਥੇ ਕਿਉਂ ਆਇਆ, ਕਿਤੇ ਆਪਾਂ ਜਿਤਨੇ ਜੀ ਇੱਥੇ ਬੈਠੇ ਹਾਂ ਮਨ ਬਿਰਤੀਆਂ ਕਰਕੇ ਜੁੜੇ ਹਾਂ, ਹੋ ਸਕਦਾ ਦੇਸ਼ ਪ੍ਰਦੇਸ਼ ਵਿੱਚ ਵੀ ਅੱਜ ਤੇ ਸਾਡੇ ਕੋਲ ਵਿਗਿਆਨ ਨੇ ਬੜਾ ਸੁੱਖ ਦਿੱਤਾ ਹੈ, ਅਸੀਂ ਮਨਬਿਰਤੀਆਂ ਕਰਕੇ ਕਿਤੇ ਜੁੜ ਸਕਦੇ ਹਾਂ, ਕਿਤੇ ਵੀ ਆਪਣੇ ਧੁਰ ਨਾਲ ਜੁੜ ਸਕਦੇ ਹਾਂ। ਸ਼ਾਇਦ ਆਪ ਨੂੰ ਪਤਾ ਗੁਰਬਾਣੀ ਦਾ ਦਰਜਾ ਕਿਹਨੂੰ ਪ੍ਰਾਪਤ ਹੋਇਆ, ਇਸੇ ਮਨਬਿਰਤੀ ਨੂੰ ਪ੍ਰਾਪਤ ਹੋਇਆ। ਅੱਜ ਵੀ ਸਾਡੇ 'ਚੋਂ ਜੀ ਦੁਨੀਆਂ ਦੇ ਕਿਸੇ ਵੀ ਹਿੱਸੇ 'ਤੇ ਬੈਠਾ ਹੋਵੇ, ਇਸ ਵਕਤ ਐਟ ਪ੍ਰਜੈਂਟ ਟਾਈਮ ਕਿਤੇ ਵੀ ਕੋਈ ਬੈਠਾ ਹੋਏਗਾ, ਅਗਰ ਉਹਦੇ ਕੋਲ ਸੰਸਾਰ ਦੀਆਂ ਚੰਦ ਸਹੂਲਤਾਂ ਹੈਗੀਆਂ ਨੇ ਤਾਂ ਉਹ ਇਸ ਵਕਤ ਬੰਗਲਾ ਸਾਹਿਬ ਦੇ ਦਰਸ਼ਨ ਵੀ ਕਰ ਸਕਦਾ ਹੈ, ਇੱਥੋਂ ਗੂੰਜਦਾ ਹੋਇਆ ਸ਼ਬਦ ਵੀ ਸੁਣ ਸਕਦਾ ਹੈ। ਸੰਭਵ ਹੈ ਨਾ, ਅੱਜ ਆ ਸੈਟੇਲਾਈਟ ਨੇ, ਆ ਵਿਗਿਆਨ ਨੇ ਸਾਨੂੰ ਸੰਭਾਵਨਾ ਦਿੱਤੀ ਹੈ ਨਾ, ਬਸ ਉਹਦੇ ਕੋਲ ਕੁਝ ਤਕਨੀਕੀ ਸਹੂਲਤਾਂ ਚਾਹੀਦੀਆਂ ਅਤੇ ਕੁਛ ਤਕਨੀਕੀ ਸਹੂਲਤਾਂ ਨੂੰ ਵਰਤਣ ਦਾ ਗਿਆਨ ਚਾਹੀਦਾ।
ਦੋ ਚੀਜ਼ਾਂ ਜਿਹਦੇ ਕੋਲ ਹੋਣ, ਉਹ ਦੁਨੀਆਂ ਦੇ ਕਿਸੇ ਵੀ ਕੋਨੇ 'ਤੇ ਬੈਠਾ ਹੋਇਆ, ਦੁਨੀਆਂ ਦੇ ਕਿਸੇ ਵੀ ਦੇਸ਼ ਕਾਲ ਵਿੱਚ ਬੈਠਾ ਹੋਇਆ, ਇਸ ਵਕਤ ਅਗਰ ਉਹ ਚੇਤਨ ਹੈ ਅਤੇ ਇਸ ਆਵਾਜ਼ ਨੂੰ ਅੱਜ ਕੱਲ੍ਹ ਸ਼ਬਦ ਸਾਡੇ ਕੋਲ ਲਾਈਵ ਹੈ, ਸੁਣ ਸਕਦਾ ਹੈ, ਦੇਖ ਸਕਦਾ ਹੈ, ਮਾਣ ਸਕਦਾ ਹੈ, ਇੱਥੋਂ ਗੂੰਜੀ ਹੋਈ ਆਸਾ ਕੀ ਵਾਰ ਦੇ ਕੀਰਤਨ ਉਹ ਸੁਣ ਸਕਦਾ ਹੈ, ਸੁਣਦਾ ਵੀ ਹੋਣਾ, ਬਹੁਤ ਸਾਰੇ ਜੀ ਹੋਣੇ ਦੇਸ਼ ਪ੍ਰਦੇਸ਼ ਬੈਠੇ ਲਾਈਵ ਜੁੜ ਰਹੇ ਹੋਣੇ ਨੇ, ਅਤੇ ਸ਼ਾਇਦ ਇਸ ਕੰਸੈਪਟ ਨੂੰ ਬਾਰੀਕੀ ਨਾਲ ਪਕੜ ਕੇ ਦੇਖਣਾ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ, ਜਿੱਥੋਂ ਬਾਣੀ ਸਾਡੇ ਕੋਲ ਗੱਲ ਚੱਲੀ ਹੈ, ਕਿਉਂਕਿ ਅਸੀਂ ਭਗਤਾਂ ਦੇ ਦਰਸ਼ਨ ਕਰਦੇ ਹਾਂ ਬਾਣੀ ਦੇ ਦਰਸ਼ਨ ਵਿੱਚ, ਪਰ ਉਹਦੇ ਵਿਆਖਿਆਵਾਂ ਨਹੀਂ ਕਰ ਪਾਉਂਦੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਕਿਤੇ ਬੈਠਦੇ ਨੇ, ਕੋਈ ਵੀ ਥਾਂ ਹੋ ਸਕਦਾ ਹੈ, ਆਲੇ ਦੁਆਲੇ ਪਿਆਰੇ ਸਿੱਖ ਬੈਠੇ ਹੁੰਦੇ ਨੇ, ਹੋ ਸਕਦਾ ਕੋਈ ਜਿਗਿਆਸੂ ਹੋਵੇ, ਹੋ ਸਕਦਾ ਕੋਈ ਤਰਕ ਵਿਤਰਕ ਕਰਨ ਝਗੜਾ ਕਰਨ ਹੀ ਆਇਆ ਹੋਵੇ, ਕੁਝ ਸੰਵਾਦ ਬੈਠਣ ਕੇ ਗੱਲਬਾਤ ਕਰਨ ਤੋਂ ਬਾਅਦ ਵਿੱਚ ਮਾਹੌਲ ਟਿਕਵਾਂ ਬਣ ਜਾਂਦਾ ਹੈ, ਲੋਕ ਆਪਣੀ ਆਪਣੀ ਰਾਏ ਮਸ਼ਵਰਾ ਗੱਲਬਾਤ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਜੀ ਦਾ ਹੱਥ ਉੱਠਦਾ ਹੈ, ਜਰਾ ਚੁੱਪ ਕਰ ਜਾਓ, ਸਭ ਚੁੱਪ ਕਰ ਜਾਂਦੇ ਨੇ। ਗੁਰੂ ਨਾਨਕ ਸਾਹਿਬ ਜੀ ਆਪਣੇ ਪਿਆਰੇ ਮਰਦਾਨਾ ਜੀ ਵੱਲ ਦੇਖਦੇ ਨੇ, ਮਰਦਾਨਿਆ ਤੂੰ ਵੀ ਚੁੱਪ ਕਰ ਗਿਆ, ਮਹਾਰਾਜ ਆਪ ਦਾ ਹੁਕਮ ਹੈ ਚੁੱਪ ਕਰ ਜਾਓ, ਨਹੀਂ ਬਾਕੀਆਂ ਨੂੰ ਚੁੱਪ ਕਰਨ ਲਈ ਕਿਹਾ ਤੈਨੂੰ ਨਹੀਂ, ਮਹਾਰਾਜ ਕੀ ਹੁਕਮ ਹੈ, ਤੂੰ ਰਬਾਬ ਵਜਾਏ, ਬਾਕੀ ਸਭ ਚੁੱਪ ਕਰ ਜਾਓ, ਮਰਦਾਨਿਆਂ ਤੂੰ ਰਬਾਬ ਵਜਾਏ। ਹੁਣ ਮਰਦਾਨਾ ਰਬਾਬ ਦੀ ਤਾਰ ਛੇੜਦਾ, ਪਹਿਲਾਂ ਰਾਗ ਨਹੀਂ ਦੱਸਿਆ ਜਾਂਦਾ, ਇਹ ਕਲਾ ਗਹਿਰਾਈ ਰੂਹਾਨੀ ਹੈ, ਅਸੀਂ ਇਹਦੀ ਵਿਆਖਿਆ ਨਹੀਂ ਕਰ ਸਕਦੇ। ਮਰਦਾਨਿਆਂ ਰਬਾਬ ਦੀ ਤਾਰਾਂ ਛੇੜਦਾ, ਗੁਰੂ ਨਾਨਕ ਪਾਤਸ਼ਾਹ ਨੇਤਰ ਬੰਦ ਕਰ ਲੈਂਦੇ ਨੇ, ਅਤੇ ਕੰਠ 'ਚੋਂ ਕੋਈ ਆਵਾਜ਼ ਗੂੰਜਣ ਲੱਗ ਪੈਂਦੀ ਹੈ, ਅਤੇ ਜੇ ਕੋਈ ਪੁੱਛਦਾ ਬਾਬਾ ਆ ਬਾਬਾ ਗੱਲਬਾਤ ਚੱਲਦੀ ਸੀ, ਚੰਗਾ ਵਿਸ਼ਾ ਵਿਚਾਰ ਵਟਾਂਦਰਾ ਹੋ ਰਿਹਾ ਸੀ, ਅਤੇ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ, ਪਿਆਰਿਓ ਬਾਣੀ ਆਈ ਹੈ। ਜਿਵੇਂ ਅੱਜ ਅਸੀਂ ਆਪਣੇ ਪਰਿਵਾਰ ਦੀ ਸੱਜਣਾ ਮਿੱਤਰਾਂ ਦੀ ਮਜਲਸ ਵਿੱਚ ਬੈਠੇ ਹੁੰਦੇ ਹਾਂ, ਅਚਾਨਕ ਸਾਡੇ ਹੱਥ ਵਿੱਚ ਫੜੇ ਹੋਏ ਨਿੱਕੇ ਜਿਹੇ ਡਿਵਾਈਸ ਵਿੱਚ ਕੁਝ ਹਰਾਰਤ ਹੁੰਦੀ ਹੈ, ਥਰਾਹਟ ਹੁੰਦੀ ਹੈ, ਸਾਨੂੰ ਕੁਝ ਗਿਆਨ ਮਿਲਦਾ ਹੈ, ਅਸੀਂ ਕੀ ਕਹਿੰਦੇ ਭਾਈ ਸੋਰੀ ਇੱਕ ਮਿੰਟ ਮੈਨੂੰ ਕਾਲ ਆਈ ਹੈ, ਆਪਾਂ ਇੱਦਾਂ ਕਹਿੰਦੇ ਨਾ, ਉਹ ਕਿਸੇ ਨੂੰ ਪਤਾ ਨਹੀਂ ਲੱਗਦਾ, ਆਵਾਜ਼ ਨਹੀਂ ਕਿਸੇ ਨੂੰ ਪਤਾ ਲੱਗੀ, ਸਾਨੂੰ ਪਤਾ ਲੱਗ ਗਿਆ, ਅਸੀਂ ਕਹਿੰਦੇ ਭਾਈ ਕਾਲ ਆਈ ਹੈ, ਵੇਖਦੇ ਹਾਂ ਖੋਲ੍ਹ ਕੇ ਉਹਨੂੰ, ਅਗਰ ਜ਼ਰੂਰੀ ਹੈ ਤਾਂ ਕਹਿੰਦੇ ਰਿਸੀਵ ਕਰ ਲੈਂਦੇ ਹਾਂ, ਅਤੇ ਜੇ ਗੈਰ ਜ਼ਰੂਰੀ ਤਾਂ ਕਹਿੰਦੇ ਕੋਈ ਗੱਲ ਨਹੀਂ, ਫਿਰ ਸਹੀ। ਬਸ ਉਸੇ ਤਰ੍ਹਾਂ ਜਿਵੇਂ ਸਾਨੂੰ ਕਾਲ ਆਉਂਦੀ ਹੈ ਨਾ, ਅਤੇ ਅਸੀਂ ਰਿਸੀਵ ਕਰਦੇ ਹਾਂ, ਫਿਰ ਅਸੀਂ ਕਿਤੇ ਵੀ ਬੈਠੇ ਹੋਏ ਉਸ ਮਿੱਤਰ ਨਾਲ ਜੁੜ ਜਾਂਦੇ ਹਾਂ, ਉਸ ਵਿਅਕਤੀ ਨਾਲ ਜੁੜ ਜਾਂਦੇ ਹਾਂ ਜੋ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਹੈ, ਪਰ ਅਸੀਂ ਹੁਣ ਉਹਦੇ ਨਾਲ ਗੱਲ ਕਰ ਰਹੇ ਹੁੰਦੇ ਹਾਂ, ਕੋਲ ਬੈਠੇ ਨੂੰ ਭੁੱਲ ਜਾਂਦੇ ਹਾਂ। ਵੇਖਿਆ ਹੁਣ ਕਰਦੇ ਹਾਂ ਸਾਰੇ, ਉਹਦੇ ਨਾਲ ਜੁੜ ਗਏ, ਇੱਥੇ ਬੈਠੇ ਸੀ ਅਮਰੀਕਾ ਕੈਨੇਡਾ ਵਾਲੇ ਨਾਲ ਜੁੜ ਗਏ, ਕੋਲ ਬੈਠੇ ਨਾਲ ਭੁੱਲ ਗਏ, ਉਹਨਾਂ ਦੁੱਖ ਸੁੱਖ ਦੀਆਂ ਸਾਂਝਾਂ ਹੋ ਗਈਆਂ, ਅਸੀਂ ਗੱਲ ਕਰਦੇ ਕਰਦੇ ਹੱਸ ਵੀ ਪਏ, ਗੱਲ ਕਰਦੇ ਕਰਦੇ ਰੋ ਵੀ ਪਏ, ਪਰ ਪਤਾ ਕਿੱਦਾਂ ਉਹ ਸਾਡਾ ਸੰਬੰਧ ਜੁੜ ਗਿਆ ਸੀ, ਸ਼ਬਦ ਸਦਕੇ ਦੂਰੀ ਖਤਮ ਹੋ ਗਈ। ਹੁਣ ਕੋਈ ਮੀਲਾਂ ਦੀ, ਦੇਸ਼ਾਂ ਦੀ, ਕਾਲਾਂ ਦੀ ਦੋਈ ਦੂਰੀ ਨਹੀਂ ਹੈ, ਬੇਸ਼ੱਕ ਅਸੀਂ ਇੱਕ ਦੂਜੇ ਨੂੰ ਦੇਖ ਨਹੀਂ ਰਹੇ, ਪਰ ਜੇ ਤਕਨੀਕ ਦਾ ਦੂਜਾ ਪਾਸਾ ਵਰਤ ਲਈਏ, ਅਸੀਂ ਆਹਮਣ ਸਾਹਮਣੇ ਬਹਿ ਜਾਂਦੇ ਹਾਂ, ਦੇਖ ਰਹੇ ਇੱਕ ਦੂਜੇ ਨੂੰ, ਹੁਣ ਦੇਸ਼ ਕਾਲ ਸਭ ਖਤਮ, ਦੁਨੀਆਂ ਦੇ ਕਾਨੂੰਨ ਨਿਯਮ ਸਭ ਖਤਮ, ਸਾਹਮਣੇ ਵਾਲਾ ਮੇਰੇ ਨਜ਼ਰਾਂ ਦੇਖਦਾ, ਮੈਂ ਉਹਦੀਆਂ ਨਜ਼ਰਾਂ ਉਹਦੇ ਭਾਵਾਂ ਨੂੰ ਪੜ੍ਹ ਸਕਦਾ, ਉਹ ਮੇਰੇ ਚਿਹਰੇ ਦੇ ਭਾਵਾਂ ਨੂੰ ਪੜ੍ਹ ਸਕਦਾ। ਹੁਣ ਦੁਨੀਆਂ ਦਾ ਕਾਨੂੰਨ ਉੱਥੇ ਕੁਝ ਨਹੀਂ ਕਰਦਾ, ਹੋ ਸਕਦਾ ਭਾਸ਼ਾ ਦਾ ਵਿਰੋਧ ਹੋਵੇ, ਹੋ ਸਕਦਾ ਦੇਸ਼ਾਂ ਦਾ ਵਿਰੋਧ ਹੋਵੇ, ਹੋ ਸਕਦਾ ਕੌਮਾਂ ਦਾ ਵਿਰੋਧ ਹੋਵੇ, ਪਰ ਅਸੀਂ ਉੱਥੇ ਬੈਠੇ ਆਪਣੇ ਸੱਜਣ ਮਿੱਤਰ ਦੇ ਰੂਬਰੂ ਹੁੰਦੇ ਹਾਂ। ਠੀਕ ਇਸੇ ਤਰ੍ਹਾਂ ਜਿਨ੍ਹਾਂ ਨੂੰ ਆ ਸਰੀਰ ਰੂਪੀ ਡਿਵਾਈਸ ਨੂੰ ਵਰਤਣ ਦੀ ਜਾਂਚ ਆ ਗਈ ਹੈ, ਸਾਨੂੰ ਮੋਬਾਈਲ ਰੂਪੀ ਡਿਵਾਈਸ ਨੂੰ ਵਰਤਣ ਦੀ ਜਾਂਚ ਹੈ ਨਾ, ਭਗਤ ਆਪਣੇ ਅੰਦਰੂਨੀ ਪੱਖ ਨੂੰ ਵਰਤਣ ਦੀ ਜਾਂਚ ਸਿੱਖਦੇ ਨੇ,
ਹੋਰ ਸਾਧਨਾ ਵੱਖਰਾ ਕੰਮ ਨਹੀਂ ਹੁੰਦਾ। ਸਿਰਫ ਆਪਣੇ ਅੰਦਰੂਨੀ ਪੱਖ ਨੂੰ ਇਕਾਗਰ ਕਰਨਾ ਹੁੰਦਾ। ਵਰਤ ਤੇ ਸਭ ਕੁਛ ਰਿਹਾ ਹੈ। ਆ ਸਾਡੇ 'ਚ ਜੇ ਵਡੇਰੇ ਬੈਠੇ ਨੇ ਜਿਹੜੇ ਅੱਜ 70 ਕੁ ਸਾਲ ਦੀ ਉਮਰਾਂ ਦੇ ਹੰਢਾ ਚੁੱਕੇ ਨੇ, ਉਹਨਾਂ ਨੂੰ ਪਤਾ ਨਾ ਜਦੋਂ ਸਾਡੇ ਕੋਲ ਟੈਲੀਵਿਜ਼ਨ ਅਤੇ ਤਮਾਮ ਦੁਨੀਆ ਭਰ ਦੇ ਹੋਰ ਸਿਸਟਮ ਸਾਧਨ ਨਹੀਂ ਸੀ, ਕੇਵਲ ਲੈ ਦੇ ਕੇ ਇੱਕ ਰੇਡੀਓ ਹੁੰਦਾ ਸੀ। ਸਿਰਫ ਜਦੋਂ ਕੇਵਲ ਲੈ ਦੇ ਕੇ ਇੱਕ ਰੇਡੀਓ ਹੁੰਦਾ ਸੀ ਉਦੋਂ ਵੀ ਤਾਂ ਲੋਕ ਸਵੇਰੇ ਸਵੇਰੇ 4 ਕੁ ਵਜੇ ਉੱਠਦੇ ਹੁੰਦੇ ਸੀ, ਅਤੇ ਸਵੇਰੇ ਉੱਠਦੇ ਹੀ ਬਜ਼ੁਰਗ ਆਪਣੇ ਸਿਰਹਾਣੇ ਪੈ ਰੇਡੀਓ ਦੇ ਕੁਝ ਬਟਨ ਦੱਬਣ ਲੱਗ ਪੈਂਦੇ, ਹਿਲਾਣ ਕਰਨ ਲੱਗ ਪੈਂਦੇ, ਅਤੇ ਕੁਝ ਸਮੇਂ ਬਾਅਦ ਉਹਨਾਂ ਦੇ ਵਿਹੜੇ ਵਿੱਚ ਦਰਬਾਰ ਸਾਹਿਬ ਦੇ ਕੀਰਤਨ ਦੀ ਸਦਾ ਗੂੰਜਣ ਲੱਗ ਪੈਂਦੀ। ਉਹ ਬੈਠੇ ਹੁੰਦੇ ਕਈ ਮੀਲ ਦੂਰ, ਪਰ ਸੁਣ ਰਹੇ ਹੁੰਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਕੀਰਤਨ। ਠੀਕ ਇਸੇ ਤਰ੍ਹਾਂ, ਕਿਉਂਕਿ ਧੁਰ 'ਤੇ ਤਾਂ ਸਦਾ ਸ਼ਬਦ ਗੂੰਜ ਰਿਹਾ। ਜਿਸ ਨੂੰ ਆਪਣਾ ਡਿਵਾਈਸ ਸੁਰ ਕਰਨਾ ਆ ਗਿਆ, ਅੱਜ ਕੱਲ੍ਹ ਦੀ ਭਾਸ਼ਾ ਸੈਟਿੰਗ ਕਰਨੀ ਆ ਗਈ ਹੈ, ਉਹ ਉੱਥੇ ਬੈਠਾ ਹੋਇਆ ਵੀ ਧੁਰ ਦੇ ਸ਼ਬਦ ਨਾਲ ਜੁੜ ਗਿਆ, ਉਹਦੇ ਰਸ ਨੂੰ ਮੰਨ ਲਿਆ, ਉਹਦੇ ਆਨੰਦ ਨੂੰ ਮੰਨ ਲਿਆ। ਪਰ ਜਿਸ ਨੂੰ ਸੈਟਿੰਗ ਕਰਨੀ ਆ ਗਈ ਅਤੇ ਜਿਸ ਨੂੰ ਸੈਟਿੰਗ ਕਰਨੀ ਨਹੀਂ ਆਈ, ਉਹ ਹੋ ਸਕਦਾ ਹੈ ਦਰਬਾਰ ਸਾਹਿਬ ਦੀ ਦੀਵਾਰ ਤੋਂ ਨਾਲ ਦੀ ਗਲੀ 'ਚ ਬੈਠਾ ਹੋਵੇ, ਉਹਨੂੰ ਕੀਰਤਨ ਦੀ ਗੂੰਜ ਨਾ ਸੁਣਾਈ ਦਿੰਦੀ ਹੋਵੇ। ਹੈ ਬੇੜਾ ਨੇੜੇ, 10 ਕਦਮ ਦੀ ਦੂਰੀ ਨਹੀਂ ਹੈ, ਪਰ ਉਸਨੂੰ ਕੀਰਤਨ ਦੀ ਗੂੰਜ, ਕੀਰਤਨ ਦੀ ਸਦਾ ਨਹੀਂ ਸੁਣਾਈ ਦੇਵੇਗੀ, ਕਿਉਂਕਿ ਉਸਨੇ ਆ 10 ਕਦਮ ਦਾ ਪੈਂਡਾ ਤੈਅ ਨਹੀਂ ਕੀਤਾ। ਠੀਕ ਇਸੇ ਤਰ੍ਹਾਂ ਜਿਨ੍ਹਾਂ ਜੀਆਂ ਭਗਤਾਂ ਨੇ ਆਪਣੇ ਅੰਦਰੂਨੀ ਪੱਖ ਨੂੰ ਸੈੱਟ ਕਰ ਲਿਆ, ਪੁਰਾਣਾ ਸ਼ਬਦ ਹੈ ਸੁਰ ਕਰ ਲਿਆ, ਜਿਨ੍ਹਾਂ ਆਪਣੀ ਚੇਤਨਾ ਨੂੰ ਸੁਰ ਕਰ ਲਿਆ, ਜਿਨ੍ਹਾਂ ਆਪਣੀ ਸੁਰਤ, ਮਤ, ਮਨ ਅਤੇ ਬੁੱਧ ਅਤੇ ਸੁੱਧ ਨੂੰ, ਇਹ 5 ਤੱਤ ਜਿਹਦੇ ਇੱਕ ਸੁਰ 'ਚ ਆ ਗਏ, ਇੱਕ ਲਾਈਨ 'ਚ ਆ ਗਏ, ਉਸ ਵਕਤ ਜੋ ਧੁਰ ਨਾ ਸੁਣੇ ਸ਼ਬਦ, ਚੇਤਨਾ ਜੁੜੀ। ਅੱਜ ਕੱਲ੍ਹ ਜਿਹਨੇ ਆਪਾਂ ਲਾਈਨ ਲੱਗ ਗਈ, ਜੁੜ ਗਈ, ਲਾਈਨ ਮਿਲ ਗਈ, ਉਸ ਵਕਤ ਉਹਨਾਂ ਦੇ ਕੰਠ ਤੋਂ ਜੋ ਨਿਕਲਿਆ ਉਹ ਬਾਣੀ ਹੈ। ਉਸ ਤੋਂ ਬਿਨਾਂ ਅੱਗੇ ਪਿੱਛੇ ਜੋ ਬੋਲਿਆ ਗਿਆ ਉਹ ਬਾਣੀ ਨਹੀਂ ਹੈ, ਉਹਨਾਂ ਦੀ ਦਲੀਲ ਹੈ, ਉਹਨਾਂ ਦਾ ਗਿਆਨ ਹੈ। ਸ਼ਾਇਦ ਇਸੇ ਕਰਕੇ ਅਸੀਂ ਦੁਨੀਆ ਭਰ ਦੇ ਤਮਾਮ ਤਰਕਾਂ ਵਿਤਰਕਾਂ ਤੋਂ ਪਰਾਂ ਹਟ ਅਧਿਆਤਮ ਦੀ ਇਸ ਨਜ਼ਰ ਤੋਂ ਦੇਖਦੇ ਹਾਂ। ਬਾਬਾ ਕਬੀਰ ਸਾਹਿਬ ਦੀ ਬਹੁਤ ਬਾਣੀ ਹੋਵੇਗੀ ਨਾ, ਬੀਜਕ ਪੜ੍ਹਿਆ ਹੋਵੇਗਾ ਕਈਆਂ ਨੇ, ਵਡੇਰਾ ਗ੍ਰੰਥ ਹੈ, ਪਰ ਸਾਡੇ ਕੋਲ ਸਾਰਾ ਨਹੀਂ। ਬਾਬਾ ਨਾਮਦੇਵ ਸਾਹਿਬ ਦੇ ਬਹੁਤ ਬਚਨ ਹੋਣਗੇ, ਰਵਿਦਾਸ ਸਾਹਿਬ ਦੇ ਬਹੁਤ ਬਚਨ ਹੋਣਗੇ, ਇਸੇ ਤਰ੍ਹਾਂ ਜੈਦੇਵ ਜੀ ਦੇ ਬਹੁਤ ਬਚਨ ਹੋਣਗੇ, ਪਰ ਸਾਡੇ ਕੋਲ ਸਾਰੇ ਨਹੀਂ। ਅਸੀਂ ਕਹਿੰਦੇ ਨਹੀਂ ਜੀ ਇੰਨੇ ਕੁ ਮਿਲੇ, ਨਹੀਂ ਮਿਲੇ ਨਹੀਂ, ਇੰਨੇ ਕੁ ਬਚਨ ਉਸ ਅਵਸਥਾ ਦੇ ਨੇ ਜਦੋਂ ਲਿਵ ਲੱਗੀ ਹੋਈ ਸੀ। ਹੋਰ ਅਤੇ ਹੋਰ ਇੱਕ ਬਚਨ ਹੈ ਰਾਗ ਸਾਰੰਗ ਵਿੱਚ ਹੀ, ਅੱਗੇ ਜਾ ਕੇ ਆਪ ਨੇ ਪੜ੍ਹਨਾ ਹੈ। ਸੂਰਦਾਸ ਮਹਾਂਕਵੀ ਹੋਏ ਨੇ, ਮਹਾਂਕਵੀ ਸੂਰਦਾਸ ਨੇ ਲਗਭਗ ਪ੍ਰਭੂ ਪਿਆਰ ਵਿੱਚ, ਭਗਤੀ ਰਸ ਵਿੱਚ ਆ ਕੇ, ਪੁਰਾਣੇ ਲੋਕ ਕਹਿੰਦੇ ਨੇ ਕਿ ਲਗਭਗ ਉਸਨੇ 1 ਲੱਖ ਪਦ, ਜਿਹਨੂੰ ਆਪਾਂ ਸ਼ਬਦ ਕਹਿ ਦਿੰਦੇ ਹਾਂ, ਗਾਏ ਨੇ। ਅੱਜ ਵੀ 5-7 ਹਜ਼ਾਰ ਸ਼ਬਦ ਉਹਨਾਂ ਦੇ ਮਿਲਦੇ ਨੇ। 1 ਲੱਖ ਪਦ ਗਾਇਆ ਉਸਨੇ, 1 ਲੱਖ ਸ਼ਬਦ ਗਾਇਆ। ਇੱਕ ਸ਼ਬਦ ਵਿੱਚ 7-8 ਤੁਕਾਂ ਤਾਂ ਹੁੰਦੀਆਂ ਨਾ, ਅਤੇ ਉਸਨੇ ਮਹਾਂਪੁਰਖ ਨੇ 7-8 ਲੱਖ ਤੁਕਾਂ ਗਾਈਆਂ, ਪਰ ਸਾਡੇ ਕੋਲ ਕਿੰਨੀਆਂ ਤੁਕਾਂ ਨੇ? ਕਿ ਸ਼ਬਦ ਪੂਰਾ ਪ੍ਰਾਪਤ ਨਹੀਂ ਸੀ, ਪ੍ਰਾਪਤ ਸੀ, ਪਰ ਉਸ ਸੰਬੰਧ ਵਿੱਚ ਕਿਤਨਾ ਸਮਾਂ ਲਿਵ ਲੱਗੀ ਰਹੀ ਹੈ ਅਤੇ ਕਿਤਨਾ ਸਮਾਂ ਲਿਵ ਲੱਗ ਕੇ ਉਹ ਗਾ ਸਕੇ ਨੇ, ਉਹਨਾਂ ਸਮਾਂ ਕਾਊਂਟ ਕੀਤਾ ਜਾਂਦਾ। ਲੈਂਥ ਨਹੀਂ ਕਾਊਂਟ ਕੀਤੀ ਜਾਂਦੀ, ਡੈਪਥ ਕਾਊਂਟ ਕੀਤੀ ਜਾਂਦੀ ਹੈ। ਅਸੀਂ ਇਹ ਨਹੀਂ ਜਾਣਦੇ ਅਧਿਆਤਮ ਦੇ ਵਿੱਚ ਕਿ ਲੰਬਾਈ ਮੀਲਾਂ ਦੀ ਕਿਤਨੀ ਹੈ, ਇੱਥੇ ਮੰਨਿਆ ਜਾਂਦਾ ਗਹਿਰਾਈ ਕਿਤਨੀ ਹੈ। ਉਹਨੇ ਕਿਤਨਾ ਲਿਖਿਆ ਅਤੇ ਕਿਤਨਾ ਪੜ੍ਹਿਆ ਅਤੇ ਕਿਤਨਾ ਗਾਇਆ ਕੋਈ ਕੀਮਤ ਨਹੀਂ, ਕਿਤਨਾ ਹਿਰਦੇ ਦੇ ਤਲ 'ਤੇ ਪਹੁੰਚ ਕੇ ਗਾਇਆ, ਜਿਹਨੂੰ ਆਪਾਂ ਲਿਵ ਕਹਿੰਦੇ ਹਾਂ, ਬਸ 1 ਤੁਕ ਗਾਏ, ਉੱਥੇ ਜਾ ਕੇ ਸਮਾਧੀ ਲੀਨ ਹੋ ਗਿਆ। ਉਹ ਤੋਂ ਬਾਅਦ ਕੋਈ ਸ਼ਬਦ ਨਹੀਂ, ਸਾਡੇ ਕੋਲ ਕੇਵਲ 1 ਤੁਕ ਹੈ, ਛੱਡ ਮਨ ਹਰ ਬੇਮੁੱਖ ਅੰਨ ਕੋ ਸੰਗ, 1 ਤੁਕ ਹੈ ਬਸ। ਉਹ ਤੋਂ ਬਾਅਦ ਚੁੱਪ ਹੋ ਗਿਆ, ਛੱਡਤਾ, ਮਨ ਖਤਮ ਹੋ ਗਿਆ, ਚੁੱਪ ਹੋ ਗਿਆ। ਬਾਅਦ 5ਵੇਂ ਪਾਤਸ਼ਾਹ ਸਾਹਿਬ ਜੀ ਨੂੰ ਨਾਂ 'ਤੇ ਇੱਕ ਪੂਰਾ ਬਚਨ ਪਾ ਕੇ ਸਾਨੂੰ ਦਿੱਤਾ। ਅੱਜ
ਉਹ ਦਿਨ ਹੈ ਜਦੋਂ ਸੰਪੂਰਨਤਾ ਕੀਤੀ ਗਈ, ਬਾਣੀ ਸਾਨੂੰ ਲਿਖ ਕੇ ਦਿੱਤੀ ਗਈ। ਔਰ ਬਾਣੀ ਦੇ ਵਿੱਚ ਉਹ ਗੱਲਾਂ ਆਪਾਂ ਕਦੇ ਕਦੇ ਸੰਸਾਰ ਬਾਜ਼ਾਰ 'ਚ ਵੀ ਲਿਖ ਕੇ ਦੇ, ਗੁਰੂ ਸਾਹਿਬ ਨੇ ਲਿਖ ਕੇ ਦਿੱਤਾ, ਲੈ ਮੈਂ ਲਿਖ ਕੇ ਦੇਣਾ, ਅਤੇ ਜਿਹਨੂੰ ਗੁਰੂ ਸਾਹਿਬ ਨੇ ਲਿਖ ਕੇ ਦਿੱਤਾ ਉਹ ਸਾਡੇ ਲਈ ਅਕੱਟ ਹੈ, ਇਹ ਸਾਡੇ ਲਈ ਇਹ ਤੋਂ ਵੱਡਾ ਬਦਲ ਸਾਡੇ ਕੋਲ ਅਥੈਂਟਿਕ ਹੈ। ਅਤੇ ਅੱਜ ਕਹਿੰਦੇ ਨੇ ਤੈਨੂੰ ਰਾਮ ਦੇ ਦਰ 'ਤੇ ਮਾਣ ਮਿਲਦਾ ਹੈ। ਜਿਹਦਾ ਚਿੱਤ ਸ਼ਾਂਤ ਹੋ ਜਾਏਗਾ, ਜੋ ਮਾਨਸਿਕ ਅਵਸਥਾ ਕਰਕੇ ਸਾਰੰਗ ਦੀ ਅਵਸਥਾ ਨੂੰ ਮਾਣੇਗਾ, ਜਿਹਦਾ ਜ਼ਿਗਰਾ ਠੰਡਾ ਹੋਏਗਾ, ਜਿਹਦੇ ਅੰਦਰ ਸਹਿਨਸ਼ੀਲਤਾ ਹੋ ਜਾਏਗੀ, ਜਿਹਦੇ ਅੰਦਰ ਸ਼ਾਂਤੀ ਹੋ ਜਾਏਗੀ, ਉਹ ਜੀ। ਗਿਣਤੀ ਦੀ ਗੱਲ ਆਪਾਂ ਇੱਥੇ ਨਹੀਂ ਕਰ ਸਕਦੇ ਵੀ ਕਿਤਨੇ ਜੀ, ਨਹੀਂ, ਗਿਣਤੀ 'ਤੇ ਕੀਮਤ ਹੀ ਕੋਈ ਨਹੀਂ। ਗਿਣਤੀ 'ਤੇ ਹਜ਼ਾਰਾਂ ਆਉਂਦੇ ਨੇ, ਹਜ਼ਾਰਾਂ ਚਲੇ ਜਾਂਦੇ ਨੇ, ਪਰ ਲੈਣਾ ਇੱਕ ਹੀ ਹੁੰਦਾ ਹੈ। ਹਜ਼ਾਰਾਂ ਆਏ ਅਤੇ ਹਜ਼ਾਰਾਂ ਗਏ, ਪਰ ਲੈਣਾ ਨਿਬੜਿਆ ਇੱਕ ਹੀ ਹੁੰਦਾ ਹੈ। ਜਿਹੜਾ ਇੱਥੇ ਆਇਆ, ਟਿਕਿਆ, ਸਾਰੰਗ 'ਚ ਪਹੁੰਚਾ, ਉਹਨੂੰ ਕਹਿੰਦੇ ਨੇ ਅੱਜ ਮਾਨੀ ਤੂੰ ਰਾਮ ਕੈ ਦਰ ਮਾਨੀ। ਭਾਈ ਹੇ ਜਿੰਦੇ, ਹੇ ਜੀ ਤੂੰ ਆਇਆ ਹੈ ਨਾ? ਹਾਂਜੀ ਆਇਆ। ਅਤੇ ਰਾਮ ਦੇ ਦਰ 'ਤੇ, ਆਪਣੇ ਗੁਰੂ ਦੇ ਦਰ 'ਤੇ ਮਾਨਤਾ ਮਿਲੇਗੀ। ਯਾਦ ਰੱਖਣਾ, ਸਾਨੂੰ ਹਰ ਇੱਕ ਜੀ ਨੂੰ ਇਸ ਦਰ 'ਤੇ ਮਾਨਤਾ ਚਾਹੀਦੀ ਹੈ। ਸਾਨੂੰ ਹਰ ਇੱਕ ਜੀ ਨੂੰ ਇਸ ਦਰ ਤੋਂ ਪ੍ਰਵਾਨਗੀ ਦਾ ਨਿਸ਼ਾਨ ਚਾਹੀਦਾ ਹੈ। ਜੇ ਨਹੀਂ ਤਾਂ ਫਿਰ ਅਸੀਂ ਕੀ ਕਰਦੇ ਹਾਂ? ਅਸੀਂ ਧਰਮ ਦੀ ਜਿਤਨੀਆਂ ਵੀ ਸਾਧਨਾਵਾਂ ਕੀਤੀਆਂ ਜਾ ਰਹੀਆਂ ਨੇ, ਕਿਉਂ ਕੀਤੀਆਂ ਜਾ ਰਹੀਆਂ ਨੇ? ਕਦੇ ਠਹਿਰ ਕੇ ਵੇਖੀਏ, ਇੱਕ ਵਪਾਰੀ ਬਾਜ਼ਾਰ ਜਾਂਦਾ, ਉਹਨੂੰ ਪਤਾ ਮੈਂ ਕਿਉਂ ਜਾਣਾ? ਇੱਕ ਵਿਦਿਆਰਥੀ ਸਕੂਲ ਕਾਲਜ ਜਾ ਰਿਹਾ, ਉਹਨੂੰ ਪਤਾ ਮੈਂ ਕਿਉਂ ਜਾ ਰਿਹਾ? ਇਹ ਕਿਸਾਨ ਖੇਤ ਵੱਲ ਤੁਰ ਕੇ ਜਾ ਰਿਹਾ, ਉਹਨੂੰ ਪਤਾ ਮੈਂ ਕਿਉਂ ਜਾ ਰਿਹਾ? ਨੌਕਰੀ ਚਾਕਰੀ ਵਾਲਾ ਆਪਣੇ ਘਰ ਤੋਂ ਸਵੇਰੇ ਉੱਠ ਕੇ ਤੁਰ ਕੇ ਜਾਂਦਾ, ਉਹਨੂੰ ਪਤਾ ਮੈਂ ਕਿਉਂ ਜਾ ਰਿਹਾ? ਇਸੇ ਤਰ੍ਹਾਂ ਇੱਕ ਅਭਿਆਸੀ ਨੂੰ, ਇੱਕ ਧਾਰਮਿਕ ਵਿਅਕਤੀ ਨੂੰ, ਇੱਕ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਗੁਰੂ ਕੋਲ ਕਿਉਂ ਚੱਲ ਕੇ ਆ ਰਿਹਾ। ਇੱਥੇ ਮੇਲਾ ਦੇਖਣ ਨਹੀਂ ਆਏ। ਹੋ ਸਕਦਾ ਸਾਡੀ ਮਨੋਬਿਰਤੀ ਨੇ ਅੱਜ ਧਾਰਮਿਕ ਕੇਂਦਰਾਂ ਨੂੰ ਮੇਲੇ ਦਾ ਸਥਾਨ ਬਣਾ ਦਿੱਤਾ ਹੈ, ਇਹ ਸੰਭਵ ਹੈ, ਹੋਇਆ ਹੈ। ਅੱਜ ਅਸਾਂ ਨੇ ਇੱਥੇ ਮੇਲੇ ਲਾ ਦਿੱਤੇ ਨੇ, ਇੱਥੇ ਮੇਲੇ ਬਣ ਗਏ ਨੇ, ਹੋ ਸਕਦਾ ਬਣ ਚੁੱਕੇ ਨੇ, ਪਰ ਬਾਵਜੂਦ ਅਸੀਂ ਮੇਲਾ ਦੇਖਣ ਨਹੀਂ ਆਏ। ਦੁਨੀਆ ਆਈ ਹੋਏਗੀ, ਅਸੀਂ ਦੁਨੀਆ ਦੀ ਤਾਂ ਗੱਲ ਨਹੀਂ ਕਰਦੇ, ਇੱਥੇ ਲੋਕ ਹੋਣਗੇ, ਲੋਕਾਂ ਦੀ ਗੱਲ ਨਹੀਂ ਕਰਦੇ। ਅਸੀਂ ਇੱਥੇ ਕਦੇ ਸੰਗਤ ਵਿੱਚ ਆਪਣੀ ਗੱਲ ਕਰਦੇ ਹਾਂ, ਹਰ ਇੱਕ ਜੀ, ਅਸੀਂ ਹਜ਼ਾਰ ਜੀ ਇੱਥੇ ਬੈਠੇ ਹੋਵਾਂਗੇ ਨਾ, ਅਸੀਂ ਆਪਣੀ ਗੱਲ ਆਪਣੇ ਗੁਰੂ ਨਾਲ ਕਰ ਰਹੇ ਹੋਵਾਂਗੇ। ਮਹਾਰਾਜ ਮੇਰੇ ਘਰ ਸੁੱਖ ਵਰਤੇ, ਪੜ੍ਹਿਆ ਹੋਣਾ ਅੱਜ ਵੀ, ਸੁਖੀ ਬਸਾ ਮੋਰੋ ਪਰਿਵਾਰ ਆ। ਇੱਥੇ ਖੜ ਕੇ ਅਰਦਾਸ ਵੀ ਕੀਤੀ ਨੂੰ ਸੀ, ਪਾਤਸ਼ਾਹ ਮੇਰੇ ਪਰਿਵਾਰ 'ਚ, ਮੇਰੇ ਬੱਚਿਆਂ 'ਚ, ਮੇਰੇ ਵਪਾਰ 'ਚ, ਮੇਰੇ ਰਵਾ ਵਿਵਹਾਰ 'ਚ ਸੁੱਖ ਵਰਤੇ। ਸਾਨੂੰ ਬਹੁਤਿਆਂ ਦੀ ਚਿੰਤਾ ਨਹੀਂ ਹੈ, ਇਹ ਠੀਕ ਹੈ, ਸਰਬੱਤ ਦਾ ਭਲਾ, ਸਰਬੱਤ ਦੀ ਚੜ੍ਹਦੀ ਕਲਾ ਮੰਗ ਲੈਂਦੇ ਹਾਂ, ਪਰ ਇੰਡੀਵਿਜੁਅਲ ਵਿਅਕਤੀਗਤ ਆਪਣੇ ਹਿਰਦੇ 'ਚ ਹੱਥ ਪਾ ਕੇ ਦੇਖਣਾ, ਆਪਣੀ ਗੱਲ ਕਰ ਰਿਹਾ, ਮੈਨੂੰ ਸੁੱਖ ਚਾਹੀਦਾ ਹੈ, ਮੈਨੂੰ ਆਨੰਦ ਚਾਹੀਦਾ ਹੈ, ਮੈਨੂੰ ਅੰਮ੍ਰਿਤ ਚਾਹੀਦਾ ਹੈ। ਅਤੇ ਜੇ ਮੈਨੂੰ ਹੀ ਅੰਮ੍ਰਿਤ ਨਾ ਮਿਲਿਆ ਤਾਂ ਮੈਂ ਕਿਸੇ ਨੂੰ ਕੀ ਦੇਵਾਂਗਾ? ਮੈਂ ਆਪ ਹੀ ਭੁੱਖਾ ਹੋਇਆ ਤਾਂ ਕਿਸੇ ਨੂੰ ਰੱਜ ਕੇ ਕੀ ਖਵਾਵਾਂਗਾ? ਮੈਨੂੰ ਚਾਹੀਦਾ। ਇਸੇ ਕਰਕੇ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ, ਜਦੋਂ ਆਪਣੇ ਘਰ ਤੋਂ ਇਸ ਪਾਸੇ ਨੂੰ ਤੁਰਦਾ, ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਕਰਨ ਜਾ ਰਿਹਾ। ਸ਼ਾਇਦ ਆਸਾ ਕੀ ਵਾਰ ਦੇ ਪਹਿਲੇ ਸ਼ਲੋਕਾਂ 'ਚ ਇਸ ਦੀ ਗੱਲ ਕੀਤੀ ਗਈ ਹੈ। ਆਸਾ ਕੀ ਵਾਰ ਦਾ ਕੀਰਤਨ ਆਪਣੇ ਸੁਣਿਆ ਹੋਣਾ ਨਾ, ਕੁਛ ਗਿਆ, ਬਲਿਹਾਰੀ ਗੁਰੇ ਆਪਣਾ ਦਿਉਹਾੜੀ ਸਦਵਾਰ। ਪਤਾ ਕਿਉਂ? ਕਿਉਂਕਿ ਜਿਨ ਮਾਨਸ਼ ਤੇ ਦੇਵਤੇ ਕੀ ਹੈ, ਕਰਤਨ ਲਾਗੀ ਵਾਰ। ਮੈਂ ਬਤੌਰ ਇੱਕ ਸਿੱਖ ਆਪਣੇ ਗੁਰੂ ਕੋਲ ਇਸ ਕਰਕੇ ਆਇਆ, ਇਸ ਕਰਕੇ ਵਾਰਨੇ ਅਤੇ ਬਲਿਹਾਰਨੇ ਜਾਂਦਾ ਹਾਂ, ਕਿਉਂਕਿ ਮੇਰਾ ਗੁਰੂ ਮੈਨੂੰ ਇੱਕ ਸਿੱਖ ਨੂੰ ਜਿਹੜਾ ਮਨੁੱਖ ਤੋਂ ਦੇਵਤਾ ਕਰ ਦਿੰਦਾ ਹੈ, ਅਵਸਥਾ ਬਦਲ ਦਿੰਦਾ ਹੈ। ਜਿਨ ਮਾਨਸ਼ ਤੇ ਦੇਵਤੇ ਕੀ ਹੈ, ਮਨੁੱਖ ਤੋਂ ਦੇਵਤਾ ਕਰ ਦਿੰਦਾ ਹੈ। ਇੱਥੇ ਉਹ ਦੇਵਤਾ ਨਹੀਂ ਜਿਹਨੂੰ ਅਸੀਂ 33 ਕਰੋੜ ਕਰਕੇ ਜਾਣਦੇ, ਨਹੀਂ,
ਇੱਥੇ ਦੇਵਤਾ ਉਹ ਹੈ ਜਿਹਦੇ ਅੰਦਰ ਦੈਵੀ ਪ੍ਰਕਾਸ਼ ਹੋ ਜਾਂਦਾ, ਜਿਹਦੀ ਦ੍ਰਿਸ਼ਟੀ ਦਿਵ ਹੋ ਜਾਂਦੀ ਹੈ, ਜੋ ਸੁਰ ਹੋ ਜਾਂਦਾ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਮਨੁੱਖ ਤੋਂ ਦੇਵਤਾ ਬਣ ਜਾਂਦਾ, ਸੁਰ ਹੋ ਜਾਂਦਾ। ਮੈਂ ਇਸ ਕਰਕੇ ਆਇਆ, ਸਾਨੂੰ ਪਤਾ ਹੋਣਾ ਚਾਹੀਦਾ ਮੈਂ ਕਿਉਂ ਆਇਆ, ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਮੈਂ ਕਿਉਂ ਆਇਆ, ਅਤੇ ਜੇ ਨਹੀਂ ਪਤਾ ਤਾਂ ਫਿਰ ਕਿਉਂ ਆਇਓ। ਪਤਾ ਹੋਣਾ ਚਾਹੀਦਾ ਮੈਂ ਕਿਉਂ ਆਇਆ, ਇੱਥੇ ਮੈਨੂੰ ਆਪਣੇ ਗੁਰੂ ਤੋਂ ਪ੍ਰਵਾਨਗੀ ਦਾ ਨਿਸ਼ਾਨ ਚਾਹੀਦਾ, ਮੈਨੂੰ ਆਪਣੇ ਗੁਰੂ ਤੋਂ ਕਿਰਪਾ ਚਾਹੀਦੀ ਹੈ। ਬਸ ਫਰਕ ਸ਼ਬਦਾਂ ਦਾ ਭੇਤ ਅਲੱਗ ਅਲੱਗ ਹੋਏਗਾ। ਅਸੀਂ ਕਿਸੇ ਦਫ਼ਤਰ 'ਚ ਫਾਈਲ ਲੈ ਕੇ ਜਾਣੇ, ਸਰ ਮੈਨੂੰ ਸਾਈਨ ਕਰ ਦੇ, ਬਸ ਤੁਹਾਡੀ ਪ੍ਰਵਾਨਗੀ ਪਰਮਿਸ਼ਨ ਚਾਹੀਦੀ ਹੈ, ਮੈਨੂੰ ਗੁਰਦੇਵ ਤੋਂ ਪਰਮਿਸ਼ਨ ਚਾਹੀਦੀ ਹੈ, ਮੈਨੂੰ ਗੁਰਦੇਵ ਤੋਂ ਇੱਕ ਸਾਈਨ ਚਾਹੀਦਾ, ਮੈਨੂੰ ਮੇਰੇ ਗੁਰਦੇਵ ਤੋਂ ਇੱਕ ਪ੍ਰਵਾਨਗੀ ਦਾ ਨਿਸ਼ਾਨ ਚਾਹੀਦਾ, ਕਿਉਂਕਿ ਮੈਂ ਅਗਾਂਹ ਵੀ ਤਾਂ ਜਾਣਾ, ਗੁਰਦੇਵ 'ਚ ਸਮਾਉਣਾ, ਅਤੇ ਮਿਲੇਗਾ ਤਾਂ ਉਹੀ ਨਾ ਜਿਸ ਨੂੰ ਪ੍ਰਵਾਨਗੀ ਦਾ ਸਾਈਨ ਮਿਲ ਜਾਏਗਾ। ਅਤੇ ਅੱਜ ਕਿਣ ਗਿਆ ਆਪ, ਤੂੰ ਰਾਮ ਕਹਿ ਦਰਮਾਨੀ, ਤੈਨੂੰ ਮਾਨਤਾ ਮਿਲੇਗੀ, ਤੂੰ ਮੰਨਣੀ ਹੋ ਜਾਏਗੀ, ਹੇ ਜਿੰਦੇ ਤੈਨੂੰ ਮੰਨਿਆ ਜਾਏਗਾ। ਅਤੇ ਜਿਸ ਨੂੰ ਇਹ ਬਖਸ਼ਿਸ਼ ਮਿਲ ਰਹੀ ਹੋਵੇ, ਜਿਸ ਨੂੰ ਇਹ ਮਾਣ ਮਿਲ ਰਿਹਾ ਹੋਵੇ, ਮਿਤ ਪੈਜੈ ਮਿਤ ਵਿਕਸੇ ਵਾਲਾ, ਜਿਸ ਨੂੰ ਇਹ ਮਾਣ ਮਿਲ ਰਿਹਾ ਹੋਵੇ ਗੁਰੂ ਕੀ ਦਰਗਾਹ ਦੇ ਵਿੱਚ, ਉਹਦੇ ਬੋਲ ਕਿਹੋ ਜਿਹੇ ਹੋਣਗੇ। ਅਸਾਂ ਨੇ ਆਪਣੇ ਆਪਣੇ ਸ਼ਬਦਾਂ ਦੇ ਰਾਹੀਂ ਆਪਣੀਆਂ ਆਪਣੀਆਂ ਅਰਦਾਸਾਂ ਕੀਤੀਆਂ ਹੋਣਗੀਆਂ ਨਾ, ਸਭ ਨੇ ਕੀਤੀ ਹੋਣੀ, ਮੈਂ ਵੀ ਕੀਤੀ, ਤੁਸੀਂ ਵੀ ਕੀਤੀ, ਆਪਣੇ ਆਪਣੇ ਅੰਦਾਜ਼ ਵਿੱਚ, ਆਪਣੀ ਆਪਣੀ ਜ਼ਰੂਰਤ ਨੂੰ, ਆਪਣੀ ਆਪਣੀ ਮੰਗ ਨੂੰ ਆਪਣੇ ਸਤਿਗੁਰ ਅੱਗੇ ਪੇਸ਼ ਕੀਤਾ ਹੋਣਾ। ਪਰ ਜਿਸ ਨੇ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਹੈ, ਉਹਦੇ ਬੋਲ ਪਤਾ ਕਿਹੋ ਜਿਹੇ ਹੋਣਗੇ। ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲ ਹੰਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਆਪਣੇ ਪੱਲੇ ਲਾ ਲਓ ਮਹਾਰਾਜ, ਦੁਨੀਆਂ ਦੇ ਵਿੱਚ ਆਏ ਹਾਂ, ਭਟਕ ਰਹੇ ਹਾਂ, ਦੁਖੀ ਹਾਂ, ਪਰੇਸ਼ਾਨ ਹਾਂ, ਕਿਰਪਾ ਕਰੋ ਨਾ, ਮੈਨੂੰ ਆਪਣੇ ਪੱਲੇ ਲਾ ਲਓ, ਮੈਨੂੰ ਆਪਣੇ ਲੜ ਵਿੱਚ ਲਾ ਲਓ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਅਤੇ ਫਿਰ ਹੁਕਮ ਕੀ ਹੁੰਦੇ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਇਹ ਅੱਜ ਇੱਥੋਂ ਗੁਰੂ ਨੇ ਮੱਤ ਦਿੱਤੀ ਨਾ, ਅਤੇ ਜਿਹੜਾ ਬੇਨਤੀ ਕਰੇਗਾ ਮਹਾਰਾਜ ਹਮ ਲਾਵੇ ਆਪਨ ਪਾਲੀ, ਅਤੇ ਫਿਰ ਗੁਰੂ ਕਹਿਣਗੇ ਆ ਭਾਈ ਤੂੰ ਰਾਮ ਕਹਿ ਦਰਮਾਨੀ, ਆ ਤੈਨੂੰ ਮੰਨ ਲੈਂਦੇ ਹਾਂ। ਪਰ ਕੋਈ ਆਵੇ ਤਾਂ ਸਹੀ ਇੱਦਾਂ, ਪਰ ਅਸੀਂ ਇੱਦਾਂ ਆਉਂਦੇ ਹੀ ਨਹੀਂ ਮਹਾਰਾਜ। ਫਿਰ ਅਸੀਂ ਪੁੱਛ ਸਕਦੇ ਨਾ, ਮਹਾਰਾਜ ਕਿਹਨਾਂ ਨੂੰ ਬਖਸ਼ ਮਿਲਦੇ, ਇਹ ਮਾਣ ਕਿਹਨਾਂ ਨੂੰ ਮਿਲਦਾ, ਰਾਮ ਦੀ ਦਰਗਾਹ ਵਿੱਚ, ਵਾਹਿਗੁਰੂ ਜੀ ਦੀ ਦਰਗਾਹ ਵਿੱਚ, ਹੇ ਸੱਚੇ ਪਾਤਸ਼ਾਹ ਤੁਹਾਡੀ ਦਰਗਾਹ ਦੇ ਵਿੱਚ ਤੁਹਾਡੇ ਦਰ 'ਤੇ ਕਿਹਨਾਂ ਨੂੰ ਮਾਣ ਮਿਲਦਾ। ਅਤੇ ਪਾਤਸ਼ਾਹ ਪਤਾ ਕੀ ਕਹਿੰਦੇ, ਸਾਧ ਸੰਗ ਮਿਲ ਹਰ ਗੁਣ ਗਾਏ, ਬਸ ਉਹਨਾਂ ਨੂੰ ਮਿਲਦਾ ਜੀ। ਬਾਜ਼ਾਰ ਵਿੱਚ ਜਿਹਨਾਂ ਨੇ ਕਮਾਇਆ ਉਹਨਾਂ ਨੂੰ ਧਨ ਮਿਲਦਾ, ਰਾਜਨੀਤੀ ਵਿੱਚ ਜਿਹਨਾਂ ਜ਼ੋਰ ਸ਼ੋਰ ਲਾਇਆ ਉਹਨੂੰ ਰਾਜਨੀਤੀ ਦੇ ਰੁਤਬੇ ਮਿਲਦੇ ਹੋਣਗੇ। ਇੱਥੇ ਉਹਨਾਂ 'ਤੇ ਟਿੱਪਣੀ ਨਹੀਂ ਸੀ ਕਰਦੇ, ਕੀ ਕੀਤਾ ਕਿਸੇ, ਕਿਉਂ ਕੀਤਾ ਉਹਨੂੰ ਪਤਾ, ਉਹ ਜਾਣਦਾ। ਪਰ ਇਹ ਰਾਮ ਦੀ ਦਰਗਾਹ 'ਤੇ ਮਾਨ, ਗੁਰੂ ਦੀ ਦਰਗਾਹ 'ਤੇ ਪ੍ਰਵਾਨਗੀ ਦਾ ਨਿਸ਼ਾਨ, ਉਹਨੂੰ ਮਿਲਦਾ ਹੈ। ਬਖਸ਼ਿਸ਼ ਆਪਾਂ ਕਹਿ ਦਿੰਦੇ ਹਾਂ, ਕਿਰਪਾ ਆਪਾਂ ਕਹਿ ਦਿੰਦੇ ਹਾਂ, ਪ੍ਰਸਾਦ ਉਹਤੇ ਵਰਤਦਾ ਹੈ, ਕਿਰਪਾ ਉਹਤੇ, ਨਾਮ ਉਸਨੂੰ ਮਿਲਦਾ ਹੈ, ਅੰਮ੍ਰਿਤ ਉਹਦੀ ਝੋਲੀ 'ਚ ਪੈਂਦਾ ਹੈ, ਜਿਹੜਾ ਸਾਧ ਸੰਗ ਮਿਲ ਹਰ ਗੁਣ ਗਾਏ। ਬਸ ਇਹ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਜੇ ਸ਼ਾਇਦ ਇੱਕ ਬਚਨ ਆਪਣੇ ਪਿੱਛੇ ਪੜਿਆ ਹੋਵੇ ਧਨਾਸਰੀ 'ਚ ਦਾ ਖੁਲਾਸਾ, ਕਿਉਂਕਿ ਧਨਾਸਰੀ ਸਥਿਰਤਾ, ਸੂਰਠ ਅਤੇ ਧਨਾਸਰੀ ਸਥਿਰਤਾ ਦਿੰਦੇ ਨੇ। ਉੱਥੇ ਇੱਕ ਬੜੀ ਸਪਸ਼ਟ ਗੱਲ ਹੈ, ਸ਼ਾਇਦ ਆਪਾਂ ਵੇਖਿਆ ਹੋਵੇਗਾ, ਅਸੀਂ ਕਿਸੇ ਆਪਣੇ ਤੋਂ ਵੱਡੇ ਜੀ ਕੋ ਜਾਂਦੇ ਹਾਂ, ਭਾਈ ਮੇਰਾ ਕੰਮ ਜੇ ਕਰ ਦਿਓ, ਅਤੇ ਉਹ ਹਾਂ ਜਾਂ ਨਾ ਦਾ ਜਵਾਬ ਦਿੰਦਾ। ਇੱਦਾਂ ਹੀ ਕਹਿੰਦਾ ਨਾ ਸਿਆਣਾ ਵਿਅਕਤੀ, ਭਾਈ ਕੰਮ ਹੋ ਸਕਦਾ ਹੈ, ਅਤੇ ਜਾਂ ਕੰਮ ਭਾਈ ਮੇਰੇਥੋਂ ਨਹੀਂ ਹੋ ਸਕਦਾ, ਮੇਰੀ ਵਸਤਾ ਨਹੀਂ ਹੈ, ਕਿਤੇ ਹੋਰ ਤਲਾਸ਼ ਕਰ, ਇਹ ਤੇਰਾ ਕੰਮ ਮੈਂ ਨਹੀਂ ਕਰ ਸਕਦਾ। ਕਦੇ ਅੱਜ ਤੱਕ ਸੁਣਿਆ ਜੇ ਵੀ ਗੁਰੂ ਸਾਹਿਬ ਜੀ ਨੇ ਕਹਿਤਾ ਵੀ ਨਹੀਂ ਭਾਈ ਤੇਰਾ ਕੰਮ ਇੱਥੇ ਨਹੀਂ ਹੋ ਸਕਦਾ? ਅਸੀਂ ਸੰਸਾਰ ਦੇ ਗਿਆਨੀਆਂ ਤੋਂ ਤਾਂ ਸੁਣਿਆ ਕਿ ਨਹੀਂ ਇੱਥੇ ਸਭ ਕੰਮ ਹੁੰਦੇ ਜੀ, ਹਰ ਕੋਈ, ਪਰ ਕਦੇ ਪੜ੍ਹਨਾ, ਅਵਰ ਯਤਨ ਕਰ ਰਹੇ ਬਹੁ ਤੇਰੇ,
ਤਿੰਨ ਤਿਲ ਨਹੀਂ ਕੀਮਤ ਜਾਨੀ। ਬੜੇ ਯਤਨ ਕਰਕੇ ਆਇਆ, ਬੜਾ ਕੁਛ ਆਪਣੇ ਆਪ 'ਚ ਬਣ ਕੇ ਆਇਆ, ਇਹਨੇ ਤਿਲ ਮਾਤਰ ਉਹਦੀ ਕੀਮਤ ਨਹੀਂ ਜਾਣੀ। ਪਤਾ ਕਿਉਂ? ਇੱਥੇ ਤਾਂ ਕੇਵਲ ਇੱਕ ਗੱਲ ਮੰਨੀ ਜਾਂਦੀ ਹੈ, ਨਾਨਕ ਕਹਿ ਘਰ ਕੇਵਲ ਨਾਮ, ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਨਾਮ ਦੀ ਗੱਲ ਮੰਨੀ ਜਾਂਦੀ ਹੈ, ਇੱਥੇ ਕੇਵਲ ਸਚਿਆਰ ਦੀ ਗੱਲ ਮੰਨੀ ਜਾਣੀ ਹੈ। ਸ਼੍ਰੀ ਜਪਜੀ ਸਾਹਿਬ ਜੀ ਕੀ ਆਰੰਭ ਦੀਆਂ ਤੁਕਾਂ 'ਚ ਆਪਾਂ ਪੜ੍ਹ ਲਿਆ, ਇੱਥੇ ਖੜ੍ਹੇ ਹੋਣ ਦਾ ਹੱਕ ਉਹਨੂੰ ਮਿਲਣਾ ਹੈ ਜਿਹੜਾ ਸਚਿਆਰ ਹੋਵੇਗਾ, ਜੋ ਸ਼ੁੱਧ ਹੋਵੇਗਾ, ਜੋ ਪਵਿੱਤਰ ਹੋਵੇਗਾ, ਜੋ ਨਿਰਮਲ ਹੋਵੇਗਾ, ਜੋ ਸ਼ਾਂਤ ਹੋਵੇਗਾ, ਜੋ ਸੰਤ ਹੋਵੇਗਾ। ਸਿਰਫ ਉਹੀ ਮੰਨਿਆ ਜਾਏਗਾ, ਇੱਥੇ ਤਰਕ ਦਲੀਲ ਗਿਆਨ ਵਿਗਿਆਨ ਨਹੀਂ ਮੰਨਿਆ ਜਾਏਗਾ, ਕਿਉਂਕਿ ਇੱਥੋਂ ਦਾ ਕੰਮ ਅਲੱਗ ਹੈ। ਇੱਥੋਂ ਤਾਂ ਬਲ ਜ਼ੋਰ ਨਹੀਂ ਵਰਤਦਾ, ਜਿਵੇਂ ਬਹੁਤ ਵੱਡਾ ਪਹਿਲਵਾਨ ਵੀ ਕੰਪਿਊਟਰ ਨਹੀਂ ਚਲਾ ਸਕਦਾ, ਸਰੀਰ ਦਾ ਲੱਖਾਂ ਮਣ ਭਾਰ ਚੁੱਕ ਸਕਦਾ ਹੈ, ਪਰ ਇਹ ਕੰਪਿਊਟਰ ਨਹੀਂ ਚਲਾ ਸਕਦਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜੀ ਬਾਰੀਕ ਜੁਗਤ ਦਿੱਤੀ ਹੈ ਇਸ ਰਹੱਸ ਨੂੰ ਦਿਖਾਉਂਦਿਆਂ, ਕਦੇ ਆਪਣੇ ਪੜ੍ਹਿਆ ਆਉਣਾ। ਬਾਬਾ ਕਬੀਰ ਸਾਹਿਬ ਕਹਿੰਦੇ ਕਿ ਮੈਨੂੰ ਸੰਸਾਰ ਬਾਜ਼ਾਰ 'ਚ ਵਿਚਰਦਿਆਂ ਥੋੜ੍ਹੀ ਜਿਹੀ ਖੰਡ ਮਿਲ ਗਈ, ਮਿੱਠਾ ਰਸ ਮਿਲ ਗਿਆ, ਬਾਰੀਕ ਸੁੰਦਰ ਦਾਣੇ ਖੰਡ ਮਿਲ ਗਈ, ਮੈਂ ਲੈ ਕੇ ਘਰ ਨੂੰ ਤੁਰਿਆ, ਪਰ ਅਫਸੋਸ ਇਸ ਗੱਲ ਦਾ ਕਿ ਮੇਰੀ ਖੰਡ ਰਾਜ ਖਿਲਰ ਗਈ, ਧੱਕਾ ਲੱਗਾ ਸੰਸਾਰ ਦਾ, ਮੇਰੀ ਖੰਡ ਖਿਲਰ ਗਈ। ਹੁਣ ਮੈਨੂੰ ਅਫਸੋਸ ਹੈ, ਮੇਰੇ ਕੋਲ ਖੰਡ ਤਾਂ ਮਿਲੀ ਪਰ ਖੰਡ ਖਿਲਰ ਗਈ, ਹੁਣ ਖੰਡ ਇਕੱਠੀ ਕਿਵੇਂ ਕਰਾਂ? ਰੇਤਾ ਦੇ ਵਿੱਚ ਖਿਲਰੀ ਹੋਈ ਖੰਡ ਨੂੰ ਇਕੱਠੇ ਕਰਨ ਦੀ ਕੀ ਜੁਗਤ ਹੈ? ਕਿਤੇ ਕਲਪਨਾ ਕਰਨਾ, ਇਮੈਜਿਨ ਕਰਨਾ, ਸਾਡੇ ਕੋਲ ਥੋੜ੍ਹੀ ਜਿਹੀ ਖੰਡ ਹੋਵੇ ਅਤੇ ਉਹ ਵੀ ਰੇਤ ਵਿੱਚ ਖਿਲਰ ਜਾਏ ਤਾਂ ਕਿੱਦਾਂ ਚੁੱਕਾਂਗੇ? ਅਸੀਂ ਪੋਟਿਆਂ ਨੇ ਚੁੱਕਣੋਂ ਤੇ ਰਹੇ, ਚੁੱਕੀ ਨਹੀਂ ਜਾਣੀ। ਹਰ ਹੈ ਖਾਂਡ, ਇਸੇ ਤਰ੍ਹਾਂ ਬਖਸ਼ਿਸ਼ ਪਰਮੇਸ਼ੁਰ ਦਾ ਨਾਮ ਹਰੀ ਖੰਡ ਵਰਗਾ ਦਾਣਾ ਹੈ, ਮਿੱਠਾ ਹੈ, ਚਮਕਦਾਰ ਹੈ, ਪਰ ਬਹੁਤ ਛੋਟਾ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਏ। ਅਸੀਂ ਕਹਾਂਗੇ ਜੀ ਬੜਾ ਬਲਵਾਨ ਹੈ ਹਾਥੀ, ਚੁੱਕ ਲਏਗਾ? ਨਹੀਂ, ਹਾਥੀ 'ਤੇ ਮਣਾ ਮੋਹੀ ਖੰਡ ਲੱਦ ਦਿਓ, ਭਾਰ ਚੁੱਕ ਕੇ ਲੈ ਜਾਏਗਾ, ਉਹਨੂੰ ਮਣਾ ਦਾ ਕੋਈ ਫਰਕ ਨਹੀਂ ਪੈਂਦਾ, ਪਰ ਉਹਨੂੰ ਕਈ ਰੇਤਾ 'ਚੋਂ ਇੱਕ ਦਾਣਾ ਚੁੱਕ ਦੇ, ਹਾਥੀ 'ਤੇ ਬਸ ਦੀ ਗੱਲ ਨਹੀਂ ਹੈ। ਕਹਿਣ ਲੱਗੇ ਫਿਰ ਕੀ ਕਰੀਏ? ਕਹਿਣ ਲੱਗੇ ਗੁਰੂ ਕੋਲਾ, ਗੁਰੂ ਮਤ ਦੱਸਣਗੇ ਇਹ ਰੇਤ ਵਿੱਚ ਬਿਖਰਿਆ ਹੋਇਆ ਖੰਡ ਦਾ ਦਾਣਾ ਕਿਵੇਂ ਚੁੱਕਿਆ ਜਾਏਗਾ। ਕਹਿਣ ਲੱਗੇ ਕਹੋ ਕਬੀਰ ਗੁਰ ਭਲੀ ਬੁਝਾਈ, ਕੀ ਦੱਸਿਆ ਗੁਰੂ ਨੇ? ਕਹਿਣ ਲੱਗੇ ਚੀਤੀ ਹੋਏ ਚੁਣ ਖਾਏ, ਕੀੜੀ ਬਣ ਜਾ, ਇੱਕ ਕੀੜੀ ਬੜੇ ਆਰਾਮ ਦੇ ਨਾਲ ਰੇਤਾ 'ਚ ਬਿਖਰੀ ਹੋਈ ਖੰਡ ਦਾ ਦਾਣਾ ਚੁੱਕ ਲੇਗੀ। ਯਾਦ ਰੱਖਣਾ, ਦੁਨੀਆਂ 'ਚ ਦੁਨੀਆਂ ਦੀਆਂ ਗੱਲਾਂ ਕਾਮਯਾਬ ਹੋਣਗੀਆਂ, ਦੁਨੀਆਂ 'ਚ ਦੁਨੀਆਂ ਦੇ ਤਰੀਕੇ ਕਾਮਯਾਬ ਹੋਣਗੇ, ਅਸੀਂ ਕਿਸੇ ਦੇ ਤਰੀਕੇ 'ਤੇ, ਕਿਸੇ ਦੀ ਥੈਰੇਪੀ 'ਤੇ, ਕਿਸੇ ਦੇ ਸਾਧਨ 'ਤੇ ਕੋਈ ਟਿੱਪਣੀ ਨਹੀਂ ਕਰਦੇ, ਕਿਉਂਕਿ ਸਾਨੂੰ ਕਿਸੇ ਦੇ ਤਰੀਕੇ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਪਰੇਸ਼ਾਨੀ ਲੋਕ ਪਤਾ ਕਿਉਂ ਕਰਦੇ ਨੇ? ਕਿਉਂਕਿ ਲੋਕਾਂ ਨੂੰ ਆਪਣੇ ਤਰੀਕੇ ਦਾ ਪਤਾ ਨਹੀਂ ਹੁੰਦਾ, ਇਸ ਕਰਕੇ ਦੂਜੇ ਦੇ ਤਰੀਕੇ 'ਚ ਉਲਝਣਾ ਪੈਦਾ ਕਰਦੇ ਨੇ। ਜਿਸ ਨੂੰ ਆਪਣੇ ਤਰੀਕੇ ਦਾ ਪਤਾ ਹੈ ਉਹ ਤਾਂ ਆਪਣੇ 'ਚ ਮਸਤ ਹੈ। ਸਾਡੇ ਘਰ ਕਿਹੜਾ ਤਰੀਕਾ ਹੈ? ਸਾਡੇ ਘਰ ਕੋਈ ਤਰੀਕਾ ਹੈ, ਸਾਧ ਸੰਗ ਮਿਲ ਹਰ ਗੁਣ ਗਾਏ। ਸਾਨੂੰ ਹੁਕਮ ਹੈ ਨਾ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ, ਹੋਰ ਕੋਈ ਤਰੀਕਾ, ਹੋਰ ਕੁਛ ਨਹੀਂ ਮੰਨਿਆ ਜਾਣਾ, ਕੇਵਲ ਇੱਕੋ ਮੰਨਿਆ ਜਾਣਾ। ਜਿਨ੍ਹਾਂ ਨੇ ਸਾਧ ਸਿੰਘ ਮਿਲ ਹਰ ਗੁਣ ਗਾਏ, ਪਰ ਅਸੀਂ ਤਾਂ ਵੇਖੀਏ ਬਾਬਾ ਜੀ, ਇੱਥੇ ਬੜੇ ਬੜੇ ਇਕੱਠ, ਹਜ਼ਾਰਾਂ ਲੋਕ ਆ ਕੇ ਗੁਣ ਗਾ ਰਹੇ ਨੇ, ਹਜ਼ਾਰਾਂ ਲੋਕ ਬੈਠੇ ਨੇ ਗਾ ਰਹੇ ਨੇ, ਕੀ ਹਜ਼ਾਰਾਂ ਦੇ ਹਜ਼ਾਰਾਂ ਹੀ ਮੰਨੇ ਜਾਣਗੇ? ਆ ਵੇਖਿਆ ਹੋਣਾ ਨਾ, ਲੱਖਾਂ ਦੀ ਗਿਣਤੀ ਦੇ ਇਕੱਠ, ਲੱਖਾਂ ਦੀ ਗਿਣਤੀ ਦੇ ਕੀਰਤਨੀਏ, ਲੱਖਾਂ ਦੇ ਆਵਾਜ਼ਾਂ ਗੂੰਜਾਂ, ਕੀ ਸਾਰੇ ਮੰਨੇ ਜਾਣਗੇ? ਕਹਿਣ ਲੱਗੇ ਨਹੀਂ, ਇੱਦਾਂ ਥੋੜ੍ਹਾ ਹੋ ਜਾਂਦਾ, ਇਮਤਿਹਾਨ ਤਾਂ ਸੈਂਕੜੇ ਦੇਣ ਜਾਂਦੇ ਨੇ, ਪਰ ਕੌਣ ਪਾਸ ਹੁੰਦਾ? ਕਹਿਣ ਲੱਗੇ ਜਿਹਨੇ ਬਿਨਸੀ ਸਭ ਅਭਿਮਾਨੀ, ਜਿਸ ਦੀ ਕੀਰਤਨ ਸੁਣਦਿਆਂ ਕੀਰਤਨ ਕਰਦਿਆਂ ਅਭਿਮਾਨ ਵਾਲੀ ਬਿਰਤੀ ਬਿਨਸ ਗਈ, ਜਿਨ੍ਹਾਂ ਦੇ ਕੀਰਤਨ ਦੇ ਰਾਹੀਂ ਸਤਸੰਗਤ 'ਚ ਬੈਠਿਆਂ
अभिमान दी बिरती बिनस गई, ओ जीवात्मा इस राम दे दर ते मन्नी जाएगी। हुण अभिमान दी बिरती की है, मैं हम कब कुलीन पंडित जोगी सन्यासी, अभिमान है, मैं चौधरी सिकदार हाँ, मैं ज्ञानी हाँ, मैनूं कथा करनी आउंदी है। कोई कहिंदा मैं बड़ा श्रोता जी, असीं ते हर कथावाचक नूं सुणिया जी, अभिमान दी बिरती है। जिन्ना चिर इत्थे आ के ये नहीं जानती इत्थे कुछ नहीं मिलना, हाँ ठंडी हवा है वधिया है, पर जे गुरु की कृपा प्राप्त करनी है तो कुछ होर करना पएगा। गुरु की कृपा प्राप्त करने वास्ते ये सब कुछ छड्ड देना पएगा। मैं दी पकड़, जिन्हों से फिलासफी कहने अहंग दी जकड़ हुंदी है, छड्ड देनी पएगी। गुरबाणी च एक शब्द है, मन होए निचिंद निस्सल होए रही है, अंग्रेजी वाले न्यूट्रल कहते, बिल्कुल शांत न्यूट्रल हो जा। कोई की करता है, कोई क्यों करता है, तो किसी के काम च दखल ना दे। इत्थे बैठ के खास करके घर च भी जो सुखी रहने का तरीका यह है, परिवार में सुखी रहने का तरीका यह है, किसी के दायरे में दखल मत दो। हर व्यक्ति की एक अपनी दुनिया होती है, हर एक व्यक्ति का एक अपना दायरा होता है। जदों साडे चों कोई जी दूसरे व्यक्ति के दायरे में दखल देवेगा, वो व्यक्ति परेशान उठेगा, और वो हर जी अपने उस दायरे नूं मेनटेन करेगा। जिवें सरकारां देश अपनी सरहदां नूं मेनटेन करदे ने ना, इस तरह हर जी अपने ओरे नूं मेनटेन कर रहा हुंदा है। ये फर्क नहीं कोई कि वह निंदा का ओरा है, जां भगती का ओरा है, जां चुगली का ओरा है, ईरखा का ओरा, कुछ भी 25 प्रकृतियां ने, किसी को कुछ भी हो सकता है। साडियां तुहाडियां हर जी दियां लगभग 25 प्रकार दी प्रकृतियां ने, सुभा ने। सानूं लगता है कि 4-5 जी परिवार के क्यों नहीं मिलते, नहीं मिल सकते, क्योंकि किसी को कोई है, किसी को कोई है, किसी को कोई है। हर एक ने अपना अपना वो पैदायशी कुदरती संस्कार ही है, वो साडा जेनेटिक है, ओरा मेनटेन है, वो उसनों तोड़ना बहुत कठिन है। उही साडी होमे दी जकड़ है, कईआं नूं यही जकड़ है, किसी ते बड़े चंगे आ। खैर ये अभिमान है, शायद इसे करके जदों इत्थे बैठ के सुनांगे महाराज की करिए, किवें तुहाडी किरपा मिलेगी। एक बचन बड़ा प्यारा पढ़िया होना आप जी ने, सतगुरु ने कदे सानूं ये नहीं किया कि गुरु की किरपा नूं प्राप्त करन वास्ते तैनूं संसार छड़ना पएगा, परिवार छड़ना पएगा, व्यापार छड़ना पएगा, विहार छड़ना पएगा। कहन लगे नहीं, अगर छड़ना है तो एक महाराज की कहन लगे, साधो मन का मान त्यागो, बस छड़ना ते मन का मान छड़ दे, होर कुछ नहीं। परिवार संसार ना त्यागी, परिवार संसार त्यागिया कुछ नहीं बनना, धक्के खाएगा। पर मन का मान त्यागो, फिर की करा, काम क्रोध संगत दुर्जन की ताते ऐन सुभागो। जे बचना तो इन्हों दुर्जना की संगत तो बच, जे त्यागना तो छड़ना तो छड़, मन की मत त्यागो। हर जन हुक्म बूझ सुख पाई है, कह लगे जेड़ा जी सत्संगत विच आके कीर्तन सुनदिया सुनदिया अभिमान की सारी मत नू विनाश कर बैठा है, जी दी सारी मैल उतर गई है, उस शुद्ध जीवात्म नू इत्थे माण मिलेगा। उस शुद्ध जीवात्म तो बिना कर्म कांडी अपने आप नू कहिंदा तहिंदा ज्ञानी त्यानी जपी जोगी, किसी नू कोई माण नहीं मिलेगा। गुरु दे दर ते केवल शुद्ध चिंतन करन वाले नू, जिस दे कोल शुभ चिंतन गोबिंद रमण निर्मल साधु संग है, उसनू इत्थे मान मिलेगा। जिहड़ा सत ते खड़ा है उसनू इत्थे मान मिलेगा। अज कहिंदे मिलेगा मान तैनू, मानी तू राम कै दरमानी। महाराज की करिए, फिर असीं की करिए। कहन लगे सुन, जदों साडे अंदरों किते ये अरदास निकल सके, हम अंधले अंध बिखै बिखराते, किते करके ते वेखिए, अहंकार नूं तोड़ के अपनी मैं नूं छड़ के निर्मल होके, महाराज मेथों कुछ नहीं हुंदा, मेथों नहीं हुंदा, ते फिर किरपा वरते अगला स्टैप मिलेगा। जदों तक साडा वो मैं दा
ਅਹੰਕਾਰ ਦਾ ਪਰਦਾ ਨਹੀਂ ਟੁੱਟੇਗਾ ਉਹਨਾਂ ਚਿਰ ਸਰੇਲਿੰਗ ਤੋਂ ਅੱਗੇ ਨਹੀਂ ਆ ਪਾਵਾਂਗੇ। ਖਿਮਾ ਕਰਨਾ, ਅਸੀਂ ਕਦਮਾਂ ਕਰਕੇ ਤਾਂ ਜਦੋਂ ਮਰਜ਼ੀ ਟੱਪ ਕੇ ਆ ਜਾਈਏ, ਪਰ ਜੋ ਰੂਹਾਨੀ ਰੇਲਿੰਗ ਹੈ ਨਾ ਉਹਨੂੰ ਪਾਰ ਨਹੀਂ ਕਰ ਪਾਵਾਂਗੇ। ਆਹ ਤੇ ਦਰਸ਼ਨਿਕ ਰੇਲਿੰਗ ਹੈ, ਇਹ ਤੇ ਸਾਡੀ ਭੀੜ ਨੂੰ ਕੰਟਰੋਲ ਕਰਨ ਲਈ ਬਣਾਈ ਗਈ ਹੈ। ਪਰ ਸੱਚ ਜਾਣਨਾ, ਅਧਿਆਤਮ ਦੇ ਵਿੱਚ ਇੱਕ ਦਾਇਰੇ ਹੁੰਦੇ ਨੇ, ਜਪਜੀ ਸ਼ਬਦ ਨੂੰ ਖੰਡ ਕਿਹਾ ਜਾਂਦਾ ਹੈ, ਸਟੈਪ ਹੁੰਦੇ ਨੇ, ਉਹ ਚੋਂ ਅਗਲਾ ਸਟੈਪ ਨਹੀਂ ਮਿਲੇਗਾ। ਐਗਜ਼ਾਮੀਨੇਸ਼ਨ ਦਿੱਤੇ ਆ ਜਿਹਨਾਂ ਦੇ ਐਜੂਕੇਸ਼ਨ ਸੈਕਟਰ 'ਚ ਕੰਮ ਕਰਦੇ ਆ, ਆਪਣੇ ਬੱਚੇ ਤਾਂ ਪੜ੍ਹਾਈ ਸਾਰਿਆਂ ਨੇ ਪੜ੍ਹੇ ਵੀ, ਉਹ ਪਤਾ ਨਾ ਅਗਰ ਪਾਸ ਮਾਰਕਿੰਗ ਨਹੀਂ ਹੈ ਤਾਂ ਅਗਲੀ ਜਮਾਤ ਨਹੀਂ ਹੈ। ਬਹੁਤ ਸੁੰਦਰ ਕੱਪੜੇ ਨੇ, ਮਾਤਾ ਪਿਤਾ ਬੜੇ ਅਮੀਰ ਨੇ, ਕੜੀਆਂ ਕਿਤਾਬਾਂ ਵਧੀਆਂ ਸ਼ਾਈਨ ਨੇ, ਬਟ ਪਾਸ ਮਾਰਕਿੰਗ ਨਹੀਂ ਹੈ, ਉਹਨੂੰ ਅਗਲੀ ਜਮਾਤ ਨਹੀਂ ਮਿਲਦੀ। ਸਕੂਲ ਵਧੀਆ ਮਿਲਦਾ ਹੈ, ਟਿਊਟਰ ਵਧੀਆ ਮਿਲਦਾ ਹੈ, ਵਹੀਕਲ ਵਧੀਆ ਮਿਲਦਾ ਹੈ, ਪਰ ਜਮਾਤ ਅਗਲੀ ਨਹੀਂ ਮਿਲਦੀ। ਕਲਾਸ ਅਗਲੀ ਉਹਨੂੰ ਮਿਲਦੀ ਹੈ, ਭਾਵੇਂ ਕੱਪੜੇ ਪਾਟੇ ਹੋਣ, ਟਿਊਟਰ ਮਾੜਾ ਹੋਵੇ, ਸਾਈਕਲ 'ਤੇ ਆਉਂਦਾ ਹੋਵੇ, ਪਰ ਅਗਰ ਉਹਦੇ ਨੰਬਰ ਬੜੇ ਵਧੀਆ ਨੇ ਤਾਂ ਉਹਨੂੰ ਅਗਲੀ ਜਮਾਤ ਮਿਲਦੀ ਜਾਂਦੀ ਹੈ, ਅਗਲੀ ਕਲਾਸ ਦਾਖਲ ਹੁੰਦਾ ਜਾਂਦਾ, ਉਹਨੂੰ ਫਿਰ ਐਡਮਿਸ਼ਨ ਸੁਖੈਨ ਮਿਲਦਾ ਜਾਂਦਾ। ਅਤੇ ਜੇ ਕਹੇ ਜੀ ਮੇਰਾ ਪਿਤਾ ਬੜਾ ਅਮੀਰ ਹੈ, ਮੇਰੀ ਕਾਰ ਬੜੀ ਵਧੀਆ ਹੈ, ਮੇਰੀ ਡਰੈਸ ਮੇਨਟੇਨੈਂਸ ਬੜੀ ਵਧੀਆ ਹੈ, ਤਾਂ ਪਰ ਉਸਨੂੰ ਅਗਲੇ ਥਾਂ 'ਤੇ ਐਡਮਿਸ਼ਨ ਨਹੀਂ ਮਿਲਦਾ। ਅਗਲੇ ਥਾਂ 'ਤੇ ਐਡਮਿਸ਼ਨ ਪਾਸ ਕਰਨ ਵਾਸਤੇ ਕੁਝ ਸ਼ਰਤ ਹੈ, ਕੁਝ ਉਹਨਾਂ ਨੇ ਸਟੈਂਡਰਡ ਮੇਨਟੇਨ ਕੀਤਾ ਹੈ। ਇੱਥੇ ਪਾਤਸ਼ਾਹ ਕਹਿੰਗੇ ਇੱਥੇ ਇੱਕੋ ਹੀ ਸਟੈਂਡਰਡ ਹੈ ਕਿ ਤੇਰੇ ਪੱਲੇ ਸੱਚ ਹੈ ਬਸ। ਬਾਕੀ ਮੈਂ ਜੀ ਬੜਾ ਜਪੀ ਹਾਂ, ਪਾਠ ਕਰਦਿਆਂ ਇੱਕ ਬਚਨ ਪੜ੍ਹਿਆ ਹੋਣਾ, ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਓਰ ਰੇ ਮੂਸੇ, ਕਿਸੇ ਦਾ ਅੱਧੀ ਕੌਡੀ ਮੁੱਲ ਨਹੀਂ ਜੇ ਪੈਣਾ। ਸੱਚ ਦਾ, ਸ਼ਾਂਤੀ ਦਾ, ਚਿੱਤ ਦੀ ਨਿਰਮਲਤਾ ਦਾ, ਪਵਿੱਤਰਤਾ ਦਾ ਇੱਥੇ ਮੁੱਲ ਪੈਂਦਾ। ਮਹਾਰਾਜ ਮੇਰੇ 'ਤੇ ਕਿਰਪਾ ਕਰਦੇ ਹੋ, ਹਮ ਅੰਧਲੇ ਅੰਧ ਵਿਖੇ ਕਹਿਣ ਲੱਗੇ, ਫਿਰ ਧਾਰ ਅਨੁਗ੍ਰਹਿ ਆਪਣੀ ਕਰ ਲੀਨੀ, ਜਿਸਨੇ ਆਪਣੇ ਨਾਂ 'ਤੇ ਗੁਨਾਹਾਂ ਦੀ ਗਿਣਤੀ ਕਰਵਾਈ, ਤਿੰਨਾਂ ਪੁੰਨਾਂ ਦਾ ਹਿਸਾਬ ਇੱਥੇ ਦੱਸਿਆ, ਜਿਸਨੇ ਇਹ ਕਹਿ ਦਿੱਤਾ ਮਹਾਰਾਜ ਬੁਰੇ ਭਲੇ ਹਮ ਥਾਰੇ। ਮਹਾਰਾਜ ਇੱਦਾਂ ਦਾ ਹੀ ਆ, ਨਾ ਤਾਂ ਮੈਂ ਜਾਪ ਦਵਾ ਕਰਦਾ ਕਿ ਮੈਂ ਬੜੇ ਜਪ ਕੀਤੇ, ਅਤੇ ਨਾ ਮੈਂ ਕੀਤਾ ਕਿ ਨਹੀਂ ਮਹਾਰਾਜ ਜੋ ਕੁਛ ਹੋਇਆ ਤੁਹਾਨੂੰ ਪਤਾ ਹੈ, ਮੇਥੋਂ ਪਿੱਛੇ ਹੋਏ, ਬਸ ਕਿਰਪਾ ਕਰ ਦਿਓ। ਅਤੇ ਜਦੋਂ ਕਿਰਪਾ ਵਰਤਦੀ ਹੈ ਨਾ, ਫਿਰ ਉਹਨੂੰ ਆਪਣਾ ਬਾਹਾਂ ਪਕੜ ਠਾਕੁਰ ਹਾਂ ਘਿੱਦੀ, ਮੇਰਾ ਗੁਣ ਅਵਗੁਣ ਨਹੀਂ ਵਿਚਾਰਿਆ ਨਾ। ਜਦੋਂ ਕਿਰਪਾ ਵਰਤੀ ਹੈ, ਪਿਆਰ ਹੁੰਦਾ ਕਿਸੇ ਨਾਲ, ਅਸੀਂ ਉਹਦੀ ਜਾਤ, ਉਹਦਾ ਦੇਸ਼, ਉਹਦੀ ਕੌਮ, ਉਹਦੀ ਭਾਸ਼ਾ, ਉਹਦੀ ਬੋਲੀ, ਉਹਦਾ ਰੰਗ, ਉਹਦਾ ਰੂਪ ਕੁਛ ਨਹੀਂ ਵੇਖਦੇ। ਪ੍ਰੇਮ ਇੱਕ ਐਸੀ ਕਲਾ ਹੈ, ਸੱਚ ਜਾਣਨਾ, ਪਰਮਾਤਮਾ ਵੀ ਉਹਨਾਂ ਨੂੰ ਮਿਲਦਾ ਹੈ ਜੋ ਪ੍ਰੇਮ ਕਰਦੇ ਨੇ। ਸੱਚ ਕਹਾਂ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਗੁਰੂ ਨਾਲ ਪ੍ਰੇਮ ਬਣ ਜਾਂਦਾ ਹੈ, ਫਿਰ ਸਾਰੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਹਨ। ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਦਾ ਇੱਕ ਨਿੱਕਾ ਜਿਹਾ ਬਚਨ ਆਪਣਾ ਸਾਂਝਾ ਕਰਦਾ, ਕਦੇ ਪੜ੍ਹਨਾ ਹੋਵੇ ਤੇ ਸੋਰ ਠੱਕੀਆਂ ਅਸ਼ਟਪਦੀਆਂ ਜੋ ਮਹੱਲੇ ਪਹਿਲੇ ਕੀ ਪੜ੍ਹ ਲੈਣਾ। ਸਤਿਗੁਰੂ ਸਾਹਿਬ ਨਾਲ ਕਿਸੇ ਸਿੱਖ ਨੇ ਕਿਹਾ, ਮਹਾਰਾਜ ਮੈਂ ਤੇ ਬੜੇ ਗੁਨਾਹ ਕੀਤੇ, ਮੈਨੂੰ ਮਾਫ਼ੀ ਕਿਵੇਂ ਮਿਲੇਗੀ? ਅਸੀਂ ਕਦੇ ਕਦੇ ਬੜਾ ਪਾਪ ਗੁਨਾਹ ਕੀਤੇ। ਮਹਾਰਾਜ ਕਹਿਣ ਲੱਗੇ, ਜੇ ਤੂੰ ਲੱਕੜਾਂ ਦਾ ਢੇਰ ਲੱਗਾ ਹੋਵੇ, ਬੜਾ ਵੱਡਾ ਲੱਕੜਾਂ ਦਾ ਢੇਰ, ਤੇ ਤੈਨੂੰ ਕਿਹਾ ਜਾਏ ਕਿ ਇਹਨੂੰ ਖਤਮ ਕਰ ਦੇ, ਤੇ ਕੀ ਕਰੇਗਾ? ਕਹਿੰਦੇ ਮਹਾਰਾਜ ਚੁੱਕ ਚੁੱਕ ਉੱਥੇ ਸੁੱਟ ਦਿਆਂਗਾ। ਕਹਿਣ ਲੱਗੇ, ਸੁੱਟਣ ਲਈ ਤੇ ਨਹੀਂ ਕਿਹਾ ਨਾ, ਖਤਮ ਕਰਨ ਲਈ ਕਿਹਾ। ਲੱਕੜੀਆਂ ਦਾ ਢੇਰ ਹੈ, ਤੇਰੇ ਤੋਂ ਵੱਡਾ ਢੇਰ ਹੈ, ਤੇ ਤੈਨੂੰ ਕਿਹਾ ਖਤਮ ਕਰ। ਕਹਿਣ ਲੱਗਾ, ਮਹਾਰਾਜ ਮੈਨੂੰ ਤੇ ਪਤਾ ਨਹੀਂ, ਮੈਂ ਤੇ ਇੰਨਾ ਕਰ ਸਕਦਾ, ਇੱਥੋਂ ਚੁੱਕਾਂਗਾ ਉੱਥੇ ਸੁੱਟ ਦਿਆਂਗਾ, ਜਗ੍ਹਾ ਸਾਫ਼ ਕਰ ਸਕਦਾ। ਕਹਿਣ ਲੱਗੇ, ਨਹੀਂ ਖਤਮ ਕਰਨੀਆਂ ਨੇ। ਕਹਿਣ ਲੱਗਾ, ਮਹਾਰਾਜ ਕੀ ਕਰਾਂ? ਕਹਿਣ ਲੱਗੇ, ਬਸ ਇੱਕ ਅੱਗ ਦੀ ਚਿੰਗਾਰੀ ਸੁੱਟ ਦੇ, ਆਪੇ ਸਭ ਖਤਮ ਹੋ ਜਾਣੀਆਂ ਨੇ। ਗੁਨਾਹਾਂ ਦਾ ਢੇਰ ਵੱਡਾ ਹੋ ਸਕਦਾ ਹੈ, ਗਲਤੀਆਂ ਦਾ ਢੇਰ ਵੱਡਾ ਹੋ ਸਕਦਾ ਹੈ, ਕਿਰਪਾ ਦੀ ਇੱਕ ਚਿੰਗਾਰੀ ਬੜੀ ਹੈ। ਆ ਸੋਈਏ ਮਹੱਲੇ ਦੂਜੇ ਕੇ ਪੜ੍ਹੇ ਹੋਣੇ ਭਾਈ ਸਾਹਿਬ, ਕਦੇ ਕਦੇ ਦਰਬਾਰ ਸਾਹਿਬ ਤੋਂ ਸੁਣਨਾ, ਕਦੇ ਅਮੇ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ। ਅੱਜ ਕਹਿਣ ਲੱਗੇ, ਧਾਰ ਅਨੁਗ੍ਰਹਿ, ਜਦੋਂ ਕਿਰਪਾ ਕਰਦੇ ਨੇ, ਆਪਣਾ ਕਰ ਲੈਂਦੇ ਨੇ, ਧਾਰ ਅਨੁਗ੍ਰਹਿ ਆਪਣੀ ਕਰ ਲੀਨੀ, ਗੁਰਮੁਖ ਪੂਰ ਗਿਆਨੀ। ਗੁਰਮੁਖ ਇੱਕ ਅਵਸਥਾ ਹੈ, ਸਰੀਰ 'ਤੇ ਪਾਇਆ ਹੋਇਆ ਲਿਬਾਸ ਨਹੀਂ। ਜਦੋਂ ਕਿਸੇ 'ਤੇ ਕਿਰਪਾ ਵਰਦੀ ਇਸ ਪਾਸੇ ਆਉਂਦਾ ਹੈ, ਗੁਰਮੁਖ ਹੁੰਦਾ ਹੈ, ਜਦੋਂ ਦਾ ਮੁੱਖ ਗੁਰੂ ਵੱਲ ਹੁੰਦਾ ਹੈ,
ਪੂਰਨਤਾ ਨੂੰ ਪ੍ਰਾਪਤ ਕਰਦੇ, ਗੁਰੂ ਦੇ ਗਿਆਨ ਦੇ ਸਦਕੇ ਜੋ ਤੱਤ ਤੱਕ ਪਹੁੰਚ ਕਰਦਾ ਉੱਥੇ ਕਿਰਪਾ ਵਰਤ ਜਾਂਦੀ ਹੈ। ਜਦੋਂ ਗੁਰਮੁਖਤਾ ਮਿਲਦੀ ਹੈ, ਪੂਰਨਤਾ ਮਿਲਦੀ ਹੈ, ਫਿਰ ਮਿਲਦਾ ਕੀ ਹੈ ਜੀ, ਕੀ ਅਨੁਭਵ ਦਾ? ਕਹਿਣ ਲੱਗੇ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ਼ ਧਿਆਨੀ। ਉਹਦੇ ਕੋਲ ਹੈ ਸਰਬ ਸੁਖ, ਉਹਦੇ ਕੋਲ ਹੈ ਆਨੰਦ, ਉਹਦੇ ਕੋਲ ਸਾਰੇ ਆਨੰਦ। ਜਿਹੜਾ ਆਪਣੇ ਠਾਕੁਰ ਦੇ ਦਰਸ਼ਨ ਧਿਆਨ ਵਿੱਚ ਟਿਕ ਗਿਆ ਤੇ ਜੋ ਨਿਕਟ ਆ ਗਿਆ ਨਾ, ਉਹਨੂੰ ਕਹਿੰਦੇ ਨੇ ਨਿਕਟ ਵਰਤਨ ਸਾ ਸਦਾ ਸੁਹਾਗਨ। ਜਿਵੇਂ ਪਤੀ ਪਤਨੀ ਨਿਕਟ ਰਹਿੰਦੇ ਹੁਣ ਤੇ ਸੁਹਾਗਣ ਦਾ ਮਾਣ ਹੁੰਦਾ ਹੈ ਨਾ, ਇਵੇਂ ਜਿਹੜੇ ਸਿੱਖ ਭਗਤ ਆਪਣੇ ਗੁਰੂ ਆਪਣੇ ਪਰਮੇਸ਼ਵਰ ਦੇ ਕੋਲ ਰਹਿੰਦੇ ਨੇ, ਉਹਨਾਂ ਨੂੰ ਸੁਹਾਗਣ ਵਾਲਾ ਮਾਣ ਮਿਲਦਾ ਹੈ। ਕਹਿਣ ਲੱਗੇ ਨਿਕਟ ਵਰਤਨ ਸਾ ਸਦਾ ਸੁਹਾਗਨ ਦਹ ਦਿਸ ਸਾਈ ਜਾਨੀ। ਫਿਰ ਉਹ ਜੀਵਾਤਮਾ, ਉਹ ਜਿੰਦ ਜੋ ਇੱਥੇ ਮੰਨੀ ਜਾਂਦੀ ਹੈ, ਉਸਨੂੰ ਹਰ ਥਾਂ 'ਤੇ ਮਾਣ ਮਿਲਦਾ, ਹਰ ਥਾਂ 'ਤੇ ਸਤਿਕਾਰ ਮਿਲਦਾ, ਦਸਾਂ ਦਿਸ਼ਾ ਵਿੱਚ ਜਾਣੀ ਜਾਣੀ ਹੈ। ਪਰ ਜਿਹੜੀ ਪ੍ਰਿਯ ਰੰਗ ਰੰਗ ਰਤੀ ਨਾਰਾਇਣ, ਜੋ ਆਪਣੇ ਪ੍ਰੀਤਮ ਦੇ ਰੰਗ ਵਿੱਚ ਰੰਗੀ ਗਈ, ਜਿਹੜੀ ਜੀਵਾਤਮਾ ਨਾਰਾਇਣ ਦੇ ਰੰਗ ਵਿੱਚ ਰੰਗੀ ਗਈ, ਸਤਿਗੁਰ ਕਹਿੰਦੇ ਨਾਨਕ ਤਿਸ ਕੁਰਬਾਨੀ। ਕਹਿਣ ਲੱਗੇ ਅਸੀਂ ਤਾਂ ਉਹਨਾਂ ਜੀਆਂ ਤੋਂ ਕੁਰਬਾਨ ਅਤੇ ਬਲਿਹਾਰ ਹਾਂ ਜੋ ਆਪਣੇ ਨਾਰਾਇਣ ਦੇ, ਆਪਣੇ ਗੁਰੂ ਦੇ, ਆਪਣੇ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰੰਗ 'ਚ ਰੰਗੇ ਗਏ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੀਮ ਲੈ ਜੀ, ਕਹੋ ਨਾਨਕ ਕੀ ਅਰਦਾਸ। ਗੁਰ ਕਿਰਪਾ ਕਰਨ ਸਾਨੂੰ ਵੀ ਕਿਤੇ ਰੰਗ ਲੱਗ ਸਕੇ, ਸਾਨੂੰ ਵੀ ਕਿਤੇ ਮਾਣ ਪ੍ਰਾਪਤ ਹੋ ਸਕੇ। ਇਸ ਆਸ ਉਮੀਦ ਅਤੇ ਅਰਦਾਸ ਸਹਿਤ ਅੱਜ ਦੇ ਵਿਚਾਰ ਦੀ ਸੰਪੂਰਨਤਾ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਨਫ਼ਤ ਅਤੇ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।